ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਗਗਨਦੀਪ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਪਸੰਦੀਦਾ ਸ਼ੋਅ ਡੇਲੀ ਡੋਜ਼। ਅਤੇ ਡੇਲੀ ਡੋਜ਼ ਦੇ ਵਿੱਚ ਜਿਹੜੀ ਅੱਜ ਤੁਹਾਨੂੰ ਮੈਂ ਡੋਜ਼ ਦੇਣ ਜਾ ਰਿਹਾ ਨਾ, ਉਹ ਡੋਜ਼ ਜਿਹੜੀ ਹੈਗੀ ਹੈ ਜੀ, ਉਹ ਹੈਗੀ ਹੈ ਵਿਆਹ ਦੀ। ਵੈਸੇ ਵਿਆਹ ਦਾ ਕਹਿੰਦੇ ਕਿ ਇਹੋ ਜਿਹਾ ਲੱਡੂ ਹੁੰਦਾ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਵੀ ਖਾਂਦਾ ਉਹ ਵੀ ਪਛਤਾਉਂਦਾ ਹੈਗਾ ਜੀ। ਵੈਲ ਇਹ ਲੱਡੂ ਜਿਹੜਾ ਹੈਗਾ ਕਿਸੇ ਨੇ ਖਾਧਾ ਹੈਗਾ, ਅਤੇ ਇਹਨਾਂ ਨੂੰ ਲੱਡੂ ਕਿਵੇਂ ਦਾ ਲੱਗਿਆ ਉਹਨਾਂ ਨਾਲ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ। ਸਾਡੇ ਨਾਲ ਹੈਗੇ ਨੇ ਵੇਖ ਵਰਾਤਾ ਦੀ ਸਾਰੀ ਸਟਾਰਕਾਸਟ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜਸਪੀ ਅਭੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਡੇ ਕੋਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ, ਸਤਿ ਸ਼੍ਰੀ ਅਕਾਲ ਹੈ ਜੀ ਵੇਖ ਵਰਾਤਾ ਦੀ ਸਾਰੀ ਟੀਮ ਵੱਲੋਂ। ਅਤੇ ਭਾਜੀ, ਸਭ ਤੋਂ ਪਹਿਲਾਂ ਤਾਂ ਪਹਿਲਾਂ ਵੈਸੇ ਭਾਜੀ ਨੂੰ ਮੈਂ ਪੁੱਛ ਲਿਆ ਸੀ ਕਿ ਬਰਾਤ ਕਿੱਧਰ ਨੂੰ ਜਾ ਰਹੀ ਹੈ, ਅਤੇ ਭਾਜੀ ਕਹਿੰਦੇ ਸੀ ਕਿ ਸਹੁਰਿਆਂ ਨੂੰ ਜਾਂਦੀ ਹੁੰਦੀ ਹੈ, ਅਤੇ ਬਰਾਤ ਹਮੇਸ਼ਾ ਸਹੁਰਿਆਂ ਦੀ ਜਾਂਦੀ ਹੈ। ਭਾਜੀ ਨੇ ਪੁੱਛ ਲਿਆ ਅੱਜ ਦਿਨੇ, ਕਹਿੰਦੇ ਵੈਸੇ ਬਰਾਤ ਜਾ ਕਿੱਥੇ ਰਹੀ ਹੈ, ਮੈਂ ਕਿਹਾ ਸਹੁਰੀ ਜਾਂਦੀ ਨਹੀਂ। ਉਹ ਭਾਜੀ ਨੇ ਫਿਰ ਪੰਚ ਮਾਰਤਾ, ਵੈਸੇ ਉਹ ਪੁੱਛ ਰਹੇ ਕਿਹੜੀ ਜਗ੍ਹਾ ਜਾ ਰਹੀ ਹੈਗੀ। ਅਤੇ ਵੈਸੇ ਇਹ ਪੰਜਾਬੀਆਂ ਦੀ ਬਰਾਤ ਜਿਹੜੀ ਹੈਗੀ ਹੈ ਹਰਿਆਣੇ ਜਾ ਰਹੀ ਹੈਗੀ ਹੈ। ਹਾਂਜੀ, ਹਰਿਆਣੇ ਜਾ ਰਹੀ ਹੈ। ਇੱਕ ਡਿਫਰੈਂਟ ਜਿਹਾ ਕਨਸੈਪਟ ਜਿਹੜਾ ਹੈਗਾ, ਫਸਟ ਟਾਈਮ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਮਿਲ ਰਿਹਾ। ਅਤੇ ਭਾਜੀ, ਇਹ ਜਿਹੜਾ ਨਾਮ ਜਿਹੜਾ ਹੈਗਾ, ਟਾਈਟਲ, ਇਹ ਕਿੰਨਾ ਕੁ ਉਹਨੂੰ ਕੀ ਕਹਿੰਦੇ ਆ ਰਿਵੀਲ ਕਰਦਾ ਹੈਗਾ ਕਿ ਵੇਖ ਬਰਾਤਾਂ ਚੱਲੀਆਂ? ਬਿਲਕੁਲ ਜੀ, ਸਾਡਾ ਜਿਹੜਾ ਵਰਕਿੰਗ ਟਾਈਟਲ ਸੀਗਾ ਜੀ, ਉਹ ਰੱਖਿਆ ਸੀ ਅਸੀਂ ਜੈੱਟ ਵਰਸਿਸ ਜਾਟ। ਉਹ ਸਾਨੂੰ ਐਂ ਲੱਗਿਆ ਕਿਤੇ ਡਿਫਰੈਂਸ਼ੀਏਟ, ਉੱਦਾਂ ਦੋਨਾਂ ਦੇ ਤਕਰਾਰਬਾਜੀ ਚੱਲਦੀ ਰਹਿੰਦੀ ਵੀ, ਅਤੇ ਉੱਦਾਂ ਵਾਲਾ ਸਿਸਟਮ ਨਾ ਖੜਾ ਹੋ ਜਾਵੇ। ਫਿਰ ਸਾਡੇ ਕਾਰਜ ਵੀਰੇ ਉਹਨਾਂ ਨੇ ਸਾਰਿਆਂ ਨੇ ਜਦੋਂ ਮੂਵੀ ਦੇਖੀ ਵੀ ਬਰਾਤ ਨੂੰ ਲੈ ਕੇ ਵਿਆਹ ਦੇ ਉੱਤੇ ਹੈਗਾ ਸਾਰਾ ਇਹ ਜਿਹੜਾ ਸਿਲਸਿਲਾ, ਤਾਂ ਫਿਰ ਇਹਨਾਂ ਨੂੰ ਟਾਈਟਲ ਜਦੋਂ ਸਾਰੀ ਓਵਰਆਲ ਮੂਵੀ ਵੀਰ ਉਹਨਾਂ ਨੇ ਦੇਖੀ ਤਾਂ ਇਹਨਾਂ ਨੇ ਲੱਗਿਆ, ਬਾਕੀ ਵੀਰ ਦੱਸੋ ਤੁਹਾਨੂੰ ਜ਼ਿਆਦਾ, ਮੈਂ ਥੋੜ੍ਹਾ ਦੱਸ ਦਿੰਦਾ ਵੀ ਇਹਨਾਂ ਨੂੰ ਲੱਗਿਆ ਵੇਖ ਬਰਾਤਾਂ ਚੱਲੀਆਂ, ਇਹ ਜ਼ਿਆਦਾ ਇਫੈਕਟ ਕਰਦਾ, ਔਰ ਉਸ ਚੀਜ਼ ਨਾਲ ਸਾਡਾ ਪੂਰਾ ਅਸੀਂ ਜਸਟੀਫਾਈ ਕਰਦੇ ਹਾਂ ਇਸ ਚੀਜ਼। ਓਕੇ, ਜਸਟੀਫਾਈ ਕਰਦੇ, ਠੀਕ ਹੈ ਭਾਈ। ਪਹਿਲਾਂ ਤਾਂ ਮੈਂ ਕਹੂੰਗਾ ਕਿ ਸਟਾਈਲ ਆਈਕਨ ਤੁਸੀਂ ਬਣੇ ਹੋਏ ਹੋ ਹੈ ਨਾ, ਫੋਟੋਸ ਤੁਹਾਡੀ ਦੇਖਦੇ ਹੁੰਦੇ ਹਾਂ ਫੇਸਬੁੱਕ 'ਤੇ, ਪਹਿਲਾਂ ਮੈਂ ਇਹੀ ਪੁੱਛਣਾ ਚਾਹੁੰਗਾ ਤੁਸੀਂ ਕਦੋਂ ਐਂਟਰੀ ਮਾਰ ਰਹੇ ਹੈਗੇ ਹੋ? ਨਹੀਂ ਜੀ, ਮੇਰਾ ਇੱਦਾਂ ਦਾ ਕੋਈ ਇਰਾਦਾ ਨਹੀਂ, ਮੈਂ ਹੁਣ ਵੀ ਦੇਖ ਰਿਹਾ। ਨਹੀਂ, ਇਸ 'ਤੇ ਮੈਂ ਜ਼ਰੂਰ ਇੱਕ ਬਾਤ ਦਿਖਾਉਣੀ ਚਾਹੂੰਗੀ ਸਾਰੇ ਦਰਸ਼ਕੋਂ ਕੋ। ਇਹ ਦੇਖੀ ਹਮਾਰੇ ਪ੍ਰੋਡਿਊਸਰ ਕਿਤਨੇ ਬੜੇ ਸਟਾਈਲ ਆਈਕੋਨ ਹੈ, ਜੋ ਮੁਝੇ ਅਭੀ ਅਭੀ ਪਤਾ ਚਲਾ ਹੈ। ਮੈਨੂੰ ਵੀ ਹੁਣੇ ਪਤਾ ਚਲਾ ਹੈ। ਇਹ ਦੋਨੋਂ ਪਾਉਂ ਮੇ ਅਲੱਗ ਅਲੱਗ ਜੁੱਤੇ ਹੈ, ਪਲੀਜ਼ ਜ਼ਰਾ ਫੋਕਸ ਕਰੀਏ। ਇਹ ਨਯਾ ਟ੍ਰੈਂਡ ਇਹਨਾਂ ਨੇ ਸਟਾਰਟ ਕੀਤਾ ਹੈ। ਕਰ ਦੋ ਥੋੜਾ ਉੱਪਰ ਕਰ ਦੋ। ਹਾਂ, ਦਿਖਾਈਏ ਜ਼ਰਾ ਕੈਮਰੇ ਮੇਂ, ਇਹ ਦੇਖੀਏ। ਇੱਕ ਇੱਕ ਕਾਲਾ ਤੇ ਇੱਕ ਬ੍ਰਾਊਨ। ਹਾਂ, ਬੜਾ ਜ਼ਿਆਦਾ ਫਰਕ ਨਹੀਂ ਮੇਰੇ ਖਿਆਲ ਵਿੱਚ। ਇੱਕ ਬਲੂ ਇੱਕ ਬ੍ਰਾਊਨ। ਹਾਂਜੀ ਹਾਂ, ਬਿਲਕੁਲ। ਵੈਸੇ ਬਿੰਨੂ ਭਾਜੀ ਜੀ ਕਹਿੰਦੇ ਤਾਂ ਇੱਥੇ ਕਮੇਡੀ ਕਰ ਸਕਦੇ ਸੀ ਨਾ, ਕਿ ਲੱਭਿਆ ਨਹੀਂ ਭਾਈ ਜੁੱਤਾ ਹੈ ਨਾ, ਕਿਵੇਂ? ਨਹੀਂ, ਮੈਂ ਸਾਡੀਆਂ ਉਹ ਗੱਲਾਂ ਹੋ ਗਈਆਂ, ਪਰ ਮੈਂ ਹੁਣ ਜਦੋਂ ਲਾਲ ਤੇ ਹਰਾ ਪਾਉਂਗਾ ਫਿਰ ਬਹੁਤ ਫਰਕ ਪੈ ਜਾਊਗਾ। ਓਕੇ, ਤੇ ਕਵਿਤਾ ਤੁਹਾਡੀ ਗੱਲ ਕਰੀਏ ਤਾਂ ਨਵੀਂ ਐਂਟਰੀ ਮਾਰਨ ਜਾ ਰਹੇ ਹੋ, ਸਭ ਤੋਂ ਪਹਿਲਾਂ ਤਾਂ ਐਂਟਰੀ ਜਿਹੜੀ ਹੈਗੀ ਆ ਉਹ ਉਤਨੀ ਕੇ, ਉਹਦਾ ਤੁਹਾਨੂੰ ਦੱਸੋ ਉਹਦਾ ਮਤਲਬ ਕੀ ਹੁੰਦਾ ਹੈਗਾ? ਤੁਸੀਂ ਬੋਲ ਕੇ ਦਿਖਾ ਦਿਓ ਪਹਿਲਾਂ ਦੇਖ ਕੇ। ਹਾਂ, ਪਹਿਲਾਂ ਬੋਲ ਕੇ ਦਿਖਾ ਦਿਓ। ਪਹਿਲਾਂ ਬੋਲ ਰੇ ਉਹ ਉਤਨੀ ਕੇ ਸਵਾਰੀ ਚੜੀ ਨਹੀਂ ਤੈਨੂੰ ਬਸ ਭਗਾ ਲਈ ਸਵਾਰੀ ਸੇ ਤਾਂ ਥਾਰੀ ਬਸ ਹੈ ਨਹੀਂ ਤਾਂ ਨੀਰਾ ਖੋਕਾ ਸੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਅੱਛੀ ਲਿਖੇ ਹੋਏ ਡਾਇਲੋਗਸ, ਬਹੁਤ ਅੱਛੇ ਲਿਖੇ ਹੋਏ, ਕਹਾਣੀ ਬਹੁਤ ਹੀ ਅੱਛੀ ਲਿਖੀ ਹੈ। ਔਰ ਸਰਲਾ ਜਬ ਆਪ ਉਨਕੋ ਦੇਖਤੇ ਹੈ ਪਹਿਲੀ ਵਾਰ ਸਕਰੀਨ ਪੇ, ਤੋ ਆਡੀਅੰਸ ਕੋ ਵੋ ਮਜ਼ਾ ਆਏਗਾ ਜੋ ਉਨ੍ਹੇ ਚੰਦਰਮੁਖੀ ਕੋ ਦੇਖ ਕੇ ਆਤਾ ਥਾ। ਔਰ ਸਰਲਾ ਇੱਕ ਵਰਕਿੰਗ ਵੂਮਨ ਹੈ, ਟੀਚਰ ਹੈ, ਔਰ ਸਟਾਈਲ ਉਸਕਾ ਸ਼ੁਰੂ ਮੇਂ ਜੋ ਆਪ ਦੇਖਤੇ ਹੈ ਵੈਸਾ ਹੀ ਹੈ ਕਿ ਯੂ ਨੋ ਡਾਂਟਤੀ ਹੈ, ਗਲਤ ਚੀਜ਼ੇ ਬਰਦਾਸ਼ਤ ਨਹੀਂ ਕਰਤੀ, ਲੇਕਿਨ ਫਿਰ ਕਹਾਣੀ ਜੈਸੀ ਹੈ ਹਮਾਰੀ ਬੜੀ ਡੀਪ ਫੈਮਿਲੀ ਰੂਟਡ ਕਹਾਣੀ ਹੈ, ਤੋ ਫੈਮਿਲੀ ਕੇ ਸਾਥ ਕਹਾਣੀ ਕੇ ਸਾਥ ਕੈਰੇਕਟਰ ਕਾ ਜੋ ਗ੍ਰਾਫ ਹੈ ਵੋ ਬਹੁਤ ਗਰੋ ਕਰਤਾ ਹੈ, ਔਰ ਇਮੋਸ਼ਨਲ ਸੀਨਸ ਹੈ, ਐਂਡ ਇਟਸ ਅ ਫੈਮਿਲੀ ਫਿਲਮ। ਉਹ ਹੱਸ ਰਹੇ ਇੱਕ ਦੂਸਰੇ ਵੱਲ ਦੇਖ ਕੇ ਕਿ ਸਾਨੂੰ ਹੈ ਕਬ ਤੱਕ ਕੁਐਸਚਨ ਪੁੱਛ ਰਿਹਾ, ਸਾਡੀ ਵਾਰੀ ਆਉਣੀ ਹੈ, ਸਾਨੂੰ ਸਾਰੀ ਫਿਲਮ ਸੁਣਾ ਦੇਣੀ। ਨਹੀਂ ਨਹੀਂ ਭਾਈ, ਤੁਹਾਡੇ ਤੇ ਵੀ ਵਾਰੀ ਆਉਣੀ ਹੈ। ਨਹੀਂ ਨਹੀਂ ਨਹੀਂ, ਸਾਨੂੰ ਪ੍ਰਾਊਡ ਹੈ, ਸਾਡੀ ਇਸ ਕੁੜੀ ਤੇ, ਸਾਡੀ ਬੀਬੀ ਤੇ ਸਾਨੂੰ ਪ੍ਰਾਊਡ ਹੈ। ਦੇਖੀਏ, ਮੈਂ ਇਨਕੋ ਯਹੀ ਬੋਲੇ ਜਾ ਰਹੀ ਸੀ ਕਿ ਯੂ ਨੋ ਮੈਂ ਯਹਾਂ ਪਰ ਆਈ ਹੂੰ, ਲੇਕਿਨ ਆਪ ਲੋਗ ਆਪਸ ਮੇਂ ਭਾਜੀ 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 ਕਰਕੇ ਸਾਰੀ ਗੱਲਾਂ ਆਪਸ ਮੇਂ ਹੀ ਕਰ ਲੈਂਦੇ ਹੋ, ਔਰ ਅਗਲੇ ਕੋ ਨਾ ਪਤਾ ਨਹੀਂ ਚੱਲਦਾ ਕਿ ਕੀ ਹੋ ਰਿਹਾ ਹੈ। ਐਗਜ਼ੈਕਟਲੀ। ਓਕੇ ਓਕੇ, ਵੈਸੇ ਹੁਣ ਤਾਂ ਸਮਝ ਆਉਣ ਲੱਗੀ ਹੋਗੀ ਭਾਜੀ ਭਾਜੀ ਆਪਸ ਕੀ ਬੋਲ ਰਹੇ ਨੇ। ਮੈਨੂੰ ਹੁਣ ਸਭ ਸਮਝ ਆ ਗਿਆ। ਇੱਕ ਗੱਲ ਹੋਰ ਵੀ, ਸਾਨੂੰ ਨਾ 2-3 ਦਿਨ ਪਹਿਲਾਂ ਪਤਾ ਲੱਗੀ ਆ। ਅੱਛਾ ਜੀ। ਅਸੀਂ ਨਾਰਮਲੀ ਆਪਸ ਵਿੱਚ ਗੱਲ ਕਰਦੇ ਰਹਿੰਦੇ ਪੰਜਾਬੀ 'ਚ, ਠੀਕ ਹੈ, ਹੁਣ 2 ਦਿਨ ਪਹਿਲਾਂ ਪਤਾ ਲੱਗੀ ਕਿ ਇਹਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ। ਇਹ ਭਾਜੀ ਉਹੀ ਹਿਸਾਬ ਹੋ ਜਾਂਦਾ ਹੈ ਨਾ, ਕੋਈ NRI ਆਉਂਦੇ, ਫੋਰਨਰਸ ਆਉਂਦੇ, ਆਪਾਂ ਉਹਨਾਂ ਸਾਹਮਣੇ ਜੋ ਮਰਜ਼ੀ ਪੰਜਾਬੀ 'ਚ ਬੋਲੀ ਜਾਈਏ, ਫਿਰ ਐਵੇਂ ਲੱਗਦਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ, ਪਰ ਜਦੋਂ ਸਮਝ ਆ ਰਹੀ ਹੁੰਦੀ ਹੈ ਫਿਰ ਬਾਅਦ ਵਿੱਚ ਚੱਲਦਾ ਅੱਛਾ ਸਮਝ ਆ ਰਹੀ ਸੀ ਉਹਨਾਂ ਨੂੰ, ਠੀਕ ਹੈ। ਅਤੇ ਤੁਹਾਡਾ ਵੈਸੇ ਬੈਕਗ੍ਰਾਊਂਡ ਸੀਗਾ ਪੰਜਾਬ ਦੇ ਰਿਲੇਟਡ ਕੋਈ ਸੀਗਾ? ਮੇਰੇ ਡੈਡੀ ਪੰਜਾਬ ਮੇਂ ਪੋਸਟਡ ਥੇ ਐਜ਼ ਅ DSP, ਔਰ ਪੁਲਿਸ ਮੇਂ ਥੇ ਵੋ, ਤੋ ਉਹਨੇ ਪੂਰਾ ਆਲ ਓਵਰ ਇੰਡੀਆ ਕਈ ਕਈ ਜਗ੍ਹਾ ਉਨਕੀ ਪੋਸਟਿੰਗਸ ਰਹੀ ਹੈ, ਤੋ ਉਨਕੇ ਬਹੁਤ ਪੰਜਾਬੀ ਫਰੈਂਡਸ ਥੇ, ਔਰ ਉਹ ਬਹੁਤ ਪੰਜਾਬੀ ਵਿੱਚ ਗੱਲਾਂ ਕਰਦੇ ਨੇ। ਹਰਿਆਣਵੀ ਵੀ ਮੈਨੇ ਉਨਸੇ ਹੀ ਸਿੱਖੀ ਹੈ, ਕਿਉਂਕਿ ਦਿੱਲੀ ਮੇਂ ਪੋਸਟਡ ਥੇ, ਤੋ ਮੁਝੇ ਬੜੀ ਖੁਸ਼ੀ ਹੈ ਕਿ ਮੈਂ ਅਬ ਯੂ ਨੋ ਪਾਪਾ ਕੀ ਜਗ੍ਹਾ ਪਰ ਆਕਰ ਤੜਕਾ ਜਿਹੜਾ ਹੈਗਾ ਹਰਿਆਣੇ ਦਾ ਤੇ ਹਰਿਆਣਵੀ ਦਾ ਤੇ ਪੰਜਾਬ
ਕਹਿੰਦੇ ਐਂ ਕਰੋ ਪੁਖਰਾਜ ਬੰਦ ਇਹਦੇ ਫਸਟ ਫਿੰਗਰ ਦੇ ਉੱਤੇ ਨਾ ਪੁਖਰਾਜ ਪਾ ਜਾਓ 5.25 ਰੱਤੀ ਦਾ। ਅੱਛਾ ਮੁੰਡਾ ਕਹਿੰਦੇ ਵਧੀਆ ਨੰਬਰਾਂ 'ਚ ਪਾਸ ਹੋ ਜੂਗਾ, ਸਾਰਾ ਠੀਕ ਪੜ੍ਹਨ ਲੱਗ ਜੂਗਾ। ਜਦੋਂ ਮੇਰੇ ਪਾਪਾ ਜੀ ਮੈਨੂੰ ਲੈ ਕੇ ਬਾਹਰ ਆਏ, ਉਹਨਾਂ ਦੇ ਘਰ ਤੋਂ ਬਾਹਰ ਆਏ ਸੀ, ਤੁਰੇ ਜਾ ਰਹੇ ਘਰ ਨੂੰ, ਮੈਂ ਕਿਹਾ ਤੁਹਾਨੂੰ ਪਾਪਾ ਇੱਕ ਗੱਲ ਕਹਾਂ। ਕਹਿੰਦੇ ਹਾਂ। ਮੈਂ ਕਿਹਾ ਜੀ ਪੁਖਰਾਜ ਐਂ ਕਰੋ ਆਪਣੇ ਕਮਰੇ ਜਿੱਡਾ ਪੁਖਰਾਜ ਲੈ ਜਾਓ ਅਤੇ ਉਹਦੇ ਨਾਲ ਲੱਜ ਨਾਲ ਨਾ ਮੈਨੂੰ ਰੱਸੀ ਨਾਲ ਮੈਨੂੰ ਬੰਨ ਦਿਓ, ਥੱਲੇ ਕਿਤਾਬ ਰੱਖ ਦਿਓ, ਮੈਂ ਨਹੀਂ ਪੜ੍ਹਦਾ। ਹੈ ਨਾ, ਇੱਕ ਤਾਂ ਇਹ ਗੱਲ ਸੀ। ਦੂਸਰੀ ਕਿ ਜੇ ਮੈਂ ਜਦੋਂ ਤੂੰ ਮੈਂ ਧੂਰੀ ਨੂੰ ਬਿਲੋਂਗ ਕਰਦਾ ਜੀ, ਧੂਰੀ ਰਹਿਣਾ ਤਾਂ ਮੈਂ ਇਹਨਾਂ ਚੀਜ਼ਾਂ 'ਤੇ ਮੈਂ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ। ਮੈਂ ਅਸੀਂ ਸਾਰਾ ਜਿਹੜਾ ਸਾਡਾ ਪਿੰਡ ਸੀ ਸਾਰਾ ਭੱਜਣ ਜਾਂਦਾ ਸੀ ਨਾਲ ਦੇ ਪਿੰਡ ਤੱਕ, ਧੂਰਾ ਪਿੰਡ ਪੈਂਦਾ ਜੀ, ਉੱਥੇ ਸਾਡਾ ਵਾਲੀਬਾਲ ਦਾ ਨੈੱਟ ਲੱਗਿਆ, ਉੱਥੇ ਖੇਡਦੇ ਸੀ ਅਸੀਂ, ਨਹਿਰੋ ਨਹਿਰ ਭੱਜ ਕੇ ਜਾਂਦੇ ਹੁੰਦੇ ਸੀ। ਤਾਂ ਜਦੋਂ ਵਾਪਸ ਆਉਣਾ ਥੱਕੇ ਥੁੱਕੇ ਹੁੰਦੇ ਸੀਗੇ ਜੀ, ਨਹਿਰ ਦੇ ਵਿੱਚ ਲੋਕ ਟੂਣੇ ਟਾਣੇ ਕਰਦੇ ਆ ਜੀ, ਨਾਰੀਅਲ ਤਾਰਤਾ 5 ਰੁਪਏ 10 ਰੁਪਏ 21 ਰੁਪਏ, ਤਾਂ ਮੇਰੇ ਜ਼ਿਆਦਾ ਨਹੀਂ ਯਾਦ ਜੀ ਤਾਂ ਘੱਟੋ ਘੱਟ ਮੈਂ 500-700 ਟੂਣਾ ਖਾਧਾ ਹੋਣਾ ਜੀ ਕੱਢ ਕੇ ਨਹਿਰ ਤੋਂ, ਨਾਰੀਅਲ ਤੁਸੀਂ ਨਾਰੀਅਲ ਖਾਣਾ। ਬਿਲਕੁਲ ਬਿਲਕੁਲ। ਓਕੇ ਓਕੇ। ਅਤੇ ਕਵਿਤਾ ਤੁਹਾਡੇ ਨਾਲ ਕਦੀ ਇੱਦਾਂ ਹੋਇਆ? ਮੁਝੇ ਤਾਂ ਮੇਰੀ ਮੰਮੀ ਨੇ ਇਹ ਪਹਿਨਾ ਰੱਖੀ ਹੈ ਅੰਗੂਠੀਆਂ ਕਿ ਇੱਕ ਉਹਨਾਂ ਨੇ ਦਿਮਾਗ ਸ਼ਾਂਤ ਰੱਖਣੇ ਕੇ ਲਈ ਵੀ ਪਹਿਨਾਈ ਥੀ ਤੋ ਵੋ ਮੈਂ ਯੂ ਨੋ ਮੈਨੇ ਨਿਕਾਲ ਦੀ ਹੈ ਕਿਉਂਕਿ ਬਟ ਇਹ ਮੈਂ ਐਕਚੁਅਲੀ ਫੈਸ਼ਨ ਕੇ ਲਈ ਪਹਿਨਤੀ ਹੂੰ ਬਟ ਮੰਮੀ ਨੇ ਪਹਿਨਾਈ ਹੈ। ਹਾਂ ਡੈਫੀਨੇਟਲੀ। ਤੋ ਥੋੜ੍ਹਾ ਬਹੁਤ ਤਾਂ ਆਈ ਥਿੰਕ ਹਰ ਘਰ ਮੇਂ ਇਹ ਹੋਤਾ ਹੀ ਹੈ ਕਿ ਐਸਟ੍ਰੋਲੋਜੀ ਜਾਂ ਜ਼ਰਾ ਸਾ ਅੰਧਵਿਸ਼ਵਾਸ। ਇਸ ਲਈ ਮੈਂ ਇਹ ਮਾਨਤੀ ਹੂੰ ਕਿ ਇਹ ਫਿਲਮ ਨਾ ਸਿਰਫ ਪੰਜਾਬੀਓ ਕੋ ਹਰਿਆਣਵੀਓ ਕੋ ਬਲਕਿ ਆਈ ਥਿੰਕ ਹਿੰਦੁਸਤਾਨ ਮੇਂ ਹਰ ਕਿਸੀ ਕੋ ਦੇਖਨੀ ਚਾਹੀਏ। ਜੀ ਜੀ। ਤੇ ਕਰੇ ਭਾਈ ਤੁਹਾਡੇ ਨਾਲ ਕਦੀ ਇਦਾਂ ਹੋਇਆ ਤੁਸੀਂ ਕੁਝ ਕਿਹਾ ਹੋਵੇ ਕਿ ਆਹ ਮੂਵੀ ਜ਼ਿਆਦਾ ਚੱਲੂਗੀ ਜੇ ਕੁਝ ਇਦਾਂ ਦਾ ਕੰਮ ਕਰਨਾ ਪੈ ਜੇ? ਨਹੀਂ, ਮੈਨੂੰ ਲੱਗਦਾ ਮੈਂ ਕਦੀ ਕੀਤਾ ਨਹੀਂ। ਮੈਂ ਇੱਕ ਕੰਮ ਜ਼ਰੂਰ ਕਰਦਾ ਹੁੰਦਾ, ਹਾਂਜੀ, ਜਿੰਨੀ ਵੀ ਮੂਵੀ ਰਿਲੀਜ਼ ਹੁੰਦੀ ਇੱਕ ਦਿਨ ਪਹਿਲਾਂ ਮੈਂ ਗੁਰਦੁਆਰੇ ਮੱਥਾ ਜਾਵਾਂਗਾ। ਅਸੀਂ ਪ੍ਰਮੋਸ਼ਨ ਦੀ ਸ਼ੁਰੂਆਤ ਵੀ ਇੱਦਾਂ ਹੀ ਕੀਤੀ, ਗੁਰੂ ਨਗਰੀ ਗਏ ਸੀ, ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਗਏ ਅਤੇ ਉੱਥੋਂ ਆਸ਼ੀਰਵਾਦ ਲੈ ਕੇ ਆਏ ਸਾਰੇ ਜਾਣੇ ਜੀ ਫਿਲਮ ਵਾਸਤੇ। ਅਤੇ ਆਲਵੇਜ਼ ਕਰਦੇ ਹਾਂ, ਜਿਹੜੀਆਂ ਵੀ ਸਾਡੀਆਂ ਜਿੰਨੀਆਂ ਵੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤਾਂ ਉਹੀ ਇੱਕ ਸੱਚੇ ਪਾਤਸ਼ਾਹ। ਬਿਲਕੁਲ, ਉਹ ਜਿਹੜੀ ਹੈਗੀਆਂ ਤੁਹਾਡੀ ਪ੍ਰਮੋਸ਼ਨ ਦੀ ਮੈਂ ਵੀਡੀਓਜ਼ ਵੀ ਦੇਖ ਰਿਹਾ ਸੀਗਾ ਅਤੇ ਬਹੁਤ ਜ਼ਿਆਦਾ ਮਸਤੀ ਐਂਡ ਫਨ ਹੁੰਦਾ ਹੈਗਾ, ਤੁਸੀਂ ਪ੍ਰਮੋਸ਼ਨ ਵੀ ਕਰ ਰਹੇ ਸੀ। ਅਤੇ ਕਵਿਤਾ ਤੁਹਾਡੇ ਨਾਲ ਕਦੀ ਪ੍ਰੈਂਕ ਪ੍ਰੂੰਕ ਕੀਤਾ ਭਾਅ ਜੀ ਨੇ? ਬਿਕੋਜ਼ ਭਾਅ ਜੀ ਇੱਦਾਂ ਹੈਗੇ ਕਿ ਹੈ ਨਾ ਕਿ ਹਰ ਗੱਲ ਦੇ ਵਿੱਚ ਉਹਨਾਂ ਦਾ ਪੰਜ ਤਾਂ ਆਉਣਾ ਹੀ ਆਉਣਾ ਹੈਗਾ, ਹੈ ਨਾ? ਅਤੇ ਇੱਦਾਂ ਕਦੀ ਹੋਇਆ ਕਿ ਤੁਹਾਡੇ ਨਾਲ ਭਾਅ ਜੀ ਨੇ ਕੁਛ ਮਜ਼ਾਕ ਕੀਤਾ ਹੋਵੇ, ਕੁਛ ਪ੍ਰੈਂਕ ਜਿਹੜਾ ਹੈਗਾ ਕੁਛ ਡਿਫਰੈਂਟ ਜਿਹਾ ਹੋਵੇ ਕਿਸੇ ਨੂੰ ਨਾ ਪਤਾ ਹੋਵੇ? ਜਬ ਮੈਂ ਸ਼ੁਰੂ ਮੈਂ ਆਈ ਥੀ ਤੋ ਜੈਸੇ ਮੈਨੇ ਬਤਾਇਆ ਕਿ ਮੇਰੇ ਲਈ ਪੂਰਾ ਹੀ ਸੈਟਅਪ ਸਭ ਲੋਕ ਨਏ ਥੇ, ਪੂਰਾ ਕਲਚਰ ਨਯਾ ਥਾ। ਤੋ ਸ਼ੂਟ ਕੇ ਦੌਰਾਨ ਜੋ ਹੈ ਬਿੰਨੂ ਆਈ ਥਿੰਕ ਆਈਸ ਬ੍ਰੇਕ ਕਰਨੇ ਕੇ ਲੀਏ ਨਾ ਮੁਝੇ ਚਿੜਾਤੇ ਥੇ, ਤੋ ਸ਼ੁਰੂ ਮੈਂ ਮੁਝੇ ਸਮਝ ਮੈਂ ਨਹੀਂ ਆਤਾ ਥਾ। ਤੋ ਯੇ ਜੈਸੇ ਮੈਂ ਖੜੀ ਹੋਤੀ ਥੀ ਨਾ ਤੋ ਮੇਰੇ ਅੰਦਾਜ਼ ਮੈਂ ਐਸੇ ਲੜਕੀ ਕੀ ਤਰ੍ਹਾਂ ਖੜੇ ਹੋ ਜਾਤੀ, ਤੋ ਮੈਂ ਸੋਚਦੀ ਥੀ ਯੇ ਐਸੇ ਕਿਉਂ ਖੜਾ ਹੈ। ਤੋ ਬਾਅਦ ਮੈਂ ਮੁਝੇ ਪਤਾ ਚਲਾ ਇੱਕ ਆਧ ਦਿਨ ਬਾਅਦ ਕਿ ਇਹ ਤੂੰ ਮੁਝੇ ਚਿੜਾ ਰਿਹਾ ਐਕਚੁਅਲੀ। ਤੋ ਆਈ ਥਿੰਕ ਦੈਟ ਵਰਕਡ ਇਨ ਦ ਫੇਵਰ ਆਫ ਐਵਰੀਥਿੰਗ ਕਿਉਂਕਿ ਹਮਾਰੀ ਕੈਮਿਸਟਰੀ ਅੱਛੀ ਡਿਵੈਲਪ ਹੋ ਗਈ, ਹਮ ਦੋਸਤ ਬਣ ਗਏ ਕਿਉਂਕਿ ਨਹੀਂ ਤੋ ਮੈਂ ਥੋੜ੍ਹਾ ਯੂ ਨੋ ਆਪਣੇ ਮੈਂ ਹੀ ਥੀ। ਬਿਲਕੁਲ। ਤੋ ਆਈ ਥਿੰਕ ਦੈਟਸ ਵੈਰੀ ਨਾਈਸ ਆਫ ਹਿਮ। ਪਰ ਸਾਰੇ ਨੇ ਫੈਮਿਲੀ ਤਰ੍ਹਾਂ ਕੰਮ ਕੀਤਾ ਜੀ, ਫੈਮਿਲੀ ਵਾਲਾ ਮਾਹੌਲ ਸੀ, ਕਾਰਜ ਬਾਈ ਹੋਣਾ ਵੱਲੋਂ ਵੀ ਕੋਈ ਕਸਰ ਨਹੀਂ ਰਹੀ ਜੀ, ਐਕਟਰਸ ਜਿੰਨੇ ਵੀ ਹੈਗੇ ਨੇ ਜਾਂ ਟੈਕਨੀਸ਼ੀਅਨ ਸਾਡੇ ਸ਼ਿਪ ਦੇ ਬੌਸ ਜਿਹੜੇ ਸੀ ਤੇ ਚੌਧਰੀ ਜੀ ਜਾਂ ਨਰੇਸ਼ ਕਥੂਰੀ ਵਾਲਾ, ਸਾਰੇ ਜਣੇ ਸੈੱਟ ਤੇ ਮਾਹੌਲ ਇਦਾਂ ਹੀ ਰੱਖਿਆ ਜੀ ਫੈਮਿਲੀ ਤਰ੍ਹਾਂ, ਤਾਂ ਉਹ ਕੰਮ ਵਧੀਆ ਨਿਕਲਿਆ। ਤੁਹਾਨੂੰ ਕੰਮ ਦਾ ਪਤਾ ਹੀ ਲੱਗਣਾ ਚਾਹੀਦਾ, ਔਰ ਤੁਹਾਡਾ ਜਿਹੜਾ ਜਿਹੜਾ ਜਦੋਂ ਬੰਦਾ ਰੁਖਸਤ ਹੁੰਦਾ ਨਾ ਉਹ ਸੈੱਟ ਦੇ ਉੱਤੋਂ, ਤਾਂ ਉਹਦਾ ਦਿਲ ਇੱਕ ਵਾਰੀ ਬਲੁੰਦਰ ਜਾਵੇ ਵੀ ਯਾਰ ਕਿੱਥੇ ਚੱਲੇ ਸਾਰੇ ਇਕੱਠੇ, ਕਿਉਂ ਨਹੀਂ ਰਹਿ ਸਕਦੇ, ਹੈ ਨਾ? ਇੱਦਾਂ ਵਾਲਾ ਮਾਹੌਲ ਬਣ ਜਾਂਦਾ। ਓਕੇ ਓਕੇ ਓਕੇ। ਅਤੇ ਸ਼ੁਦਿਤ ਭਾਅ ਜੀ ਨਾਲ ਵੀ ਆਪਾਂ ਗੱਲ ਕਰਾਂਗੇ, ਅਤੇ ਵੈਸੇ ਗੱਲ ਕਰੀਏ ਭਾਅ ਜੀ ਕਿ ਕਹਿੰਦੇ ਜਿਹੜਾ ਉਹਨਾਂ ਨਾਲ ਕੀ ਗੱਲ ਕਰੋਗੇ ਤੁਸੀਂ? ਉਹਨਾਂ ਨਾਲ ਆਪਾਂ ਗੱਲ ਕਰਾਂਗੇ, ਸਾਰੀ ਅਸੀਂ ਦੱਸੀ ਤਾਂ ਜਾ ਰਹੇ ਮੈਂ ਫਰੈਂਕਲੀ ਦੱਸਦਾ, ਟੀਵੀ 'ਤੇ ਹੈਗੇ ਚਾਹੀਦੇ ਸੀ, ਮੈਂ ਆਪਣੀਆਂ ਅੰਦਰਲੀਆਂ ਗੱਲਾਂ ਦੱਸਦਾ ਤੁਹਾਨੂੰ ਅੱਜ। ਜਿਹੜੇ ਸਾਡੇ ਸਿਤੇਸ਼ ਚੌਧਰੀ ਜੀ ਨੇ ਜੀ, ਸਾਡੇ ਡਾਇਰੈਕਟਰ ਇਸ ਫਿਲਮ ਦੇ ਜੀ, ਉਹ ਅੱਜ ਗ੍ਰੀਨ ਸ਼ਰਟ ਪਾ ਕੇ ਆ ਗਏ, ਟੀਵੀ ਦੇ ਮੂਹਰੇ ਗ੍ਰੀਨ ਸ਼ਰਟ ਵਰਕ ਨਹੀਂ ਕਰਦੀ, ਸੋ ਫਸਟ ਐਪੀਸੋਡ ਦੇ ਵਿੱਚ ਇਸ ਕਰਕੇ ਨਹੀਂ ਬੈਠ ਸਕੇ ਕਿਉਂਕਿ ਉਹਨਾਂ ਗ੍ਰੀਨ ਸ਼ਰਟ ਚੇਂਜ ਕਰਨ ਲਈ ਭੇਜੇ ਨੇ ਇਸ ਜਸਟ ਟੀਵੀ ਵਾਲੇ ਨੇ ਸਪੈਸ਼ਲੀ। ਸੋ ਆਪਾਂ ਬਹੁਤ ਛੇਤੀ ਤਾਂ ਹੀ ਇਹਨਾਂ ਨੇ ਕਿਹਾ ਉਹਨਾਂ ਨਾਲ ਵੀ ਗੱਲ ਕਰਾਂਗੇ, ਕੀ ਗੱਲ ਕਰਾਂਗੇ ਬੈਠੇ ਰਹਿਣ ਨੂੰ, ਕਿਉਂਕਿ ਸਾਹਮਣੇ ਬੈਠੇ ਦੇਖ ਰਹੇ ਨੇ ਸਾਨੂੰ। ਓਕੇ, ਵੈਸੇ ਘੱਟ ਬੋਲਦੇ ਨੇ ਭਾਅ ਜੀ, ਇੱਦਾਂ ਕਿਉਂ ਹੈਗਾ? ਅਸੀਂ ਬੋਲਣ ਦਿੰਦੇ ਨਹੀਂ ਮੇਰੇ, ਉਹ ਜਿਹੜਾ ਘੱਟ ਬੋਲਦਾ ਹੁੰਦਾ ਮਿਣਿਆ ਤੋਣੇ ਸ਼ਬਦ ਬੋਲਦੇ ਹੁੰਦੇ ਨੇ, ਪਰ ਸ਼ਬਦ ਭਾਰੇ ਹੋਣੇ ਚਾਹੀਦੇ, ਹੈ ਨਾ? ਸਾਡੇ ਵਰਗੇ ਤਾਂ ਉਹੀ ਸਿੱਟੀ ਜਾਂਦੇ ਆ, ਵਿੱਚੋਂ 5 ਗੱਲਾਂ ਸਹੀ ਹੁੰਦੀਆਂ ਨੇ, 55 ਗੱਲਾਂ ਗਲਤ ਨਿਕਲਦੀਆਂ, ਹੈ ਨਾ? ਤਾਂ ਉਹ 7 ਕੁ ਗੱਲਾਂ ਬੋਲਦੇ ਨੇ, ਇੰਨੇ 6.5 ਗੱਲਾਂ ਸਹੀ ਹੁੰਦੀਆਂ। ਵੈਸੇ ਕਹਿੰਦੇ ਕਿ ਉਹਨਾਂ ਨੂੰ ਬੋਲਣ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਭਾਈ ਸਭ ਕੁਝ ਸਾਂਭ ਲੈਂਦੇ ਨੇ, ਉਹਦੇ ਡਾਇਲੋਗ ਵੀ ਸਾਰੇ ਯਾਦ ਹੁੰਦੇ ਨੇ, ਬੜੀ ਡਾਇਰੈਕਸ਼ਨ ਆਪ ਵੀ ਨਾਲ ਕਰੀ ਜਾਂਦੇ ਨੇ, ਉਹਨਾਂ ਦੀ ਕਲਾ ਬੋਲਦੀ ਉਹਨਾਂ ਦੀ, ਇਨਕੋ ਸਭ ਕੇ ਡਾਇਲੋਗ ਯਾਦ ਹੁੰਦੇ ਹੈ, ਔਰ ਸਡਨਲੀ ਸੀ ਚਲਤੇ ਸੀਨ ਕੇ ਬੀਚ ਮੇਂ ਇਹ ਸਡਨਲੀ ਬੋਲਣਗੇ ਅਸੀਂ ਐਸਾ ਨਹੀਂ ਇਸ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਐਕਸ਼ਨ। ਔਰ ਫਿਰ ਮੁਝੇ ਇਹ ਹੁੰਦਾ ਕਿ ਮੁਝੇ ਨਹੀਂ ਸਮਝ ਮੈਂ ਆਇਆ ਅਭੀ ਜੋ ਪੰਜਾਬੀ ਮੈਂ ਆਪ ਸਮਝਾਇਆ, ਤੇ ਭਾਈ ਸਭ ਕੁਝ
ਤਾਂ ਕਹਿੰਦਾ ਉਹ ਘੱਟ ਬੋਲਦੇ ਨੇ ਪਰ ਉਹਨਾਂ ਦੀ ਕਲਾ ਬੋਲਣੀ ਹੈ। ਤੇ ਭਾਜੀ ਗੱਲ ਕਰੀਏ ਆਪਾਂ ਟ੍ਰੇਲਰ ਦੀ, ਟ੍ਰੇਲਰ ਆਲਰੇਡੀ ਹਿੱਟ ਹੋ ਚੁੱਕਿਆ ਹੈਗਾ, ਹੈ ਨਾ, ਮਤਲਬ ਕਰੇਜ਼ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਧਿਆ ਪਿਆ। ਈਵਨ ਕਿ ਮੈਂ ਆਪਾਂ ਗੱਲ ਕਰਾਂ, ਹਰ ਕੋਈ ਇਹੀ ਕਹਿੰਦਾ, ਤੁਹਾਨੂੰ ਮੈਂ ਦੱਸ ਵੀ ਰਿਹਾ ਸੀ ਗੱਲ ਭਾਜੀ ਨੂੰ, ਸ਼ਿਦਰ ਭਾਈ ਨੂੰ ਗੱਲ ਦੱਸ ਰਿਹਾ ਸੀ, ਮੇਰੇ ਫਰੈਂਡ ਭਾਜੀ ਉਹ ਗਏ ਮੂਵੀ ਦੇ ਥੀਏਟਰ ਉਹਦੇ ਵਿੱਚ ਗਏ ਅਤੇ ਕਹਿੰਦੇ ਯਾਰ ਵੇਖ ਪ੍ਰਾਤਾ ਜੀ ਨਾ ਸਾਨੂੰ ਟਿਕਟ ਦੇ ਦਿਉ। ਕਹਿੰਦੇ ਤਾਂ ਰਿਲੀਜ਼ ਹੀ ਨਹੀਂ ਹੋਈ, ਤੁਸੀਂ ਪਹਿਲਾਂ ਹੀ ਆ ਗਏ। ਕਹਿੰਦੇ ਅੱਛਾ ਰਿਲੀਜ਼ ਨਹੀਂ ਹੋਈ, ਕਹਿੰਦੇ ਟ੍ਰੇਲਰ ਤੋਂ ਚੱਲੀ ਜਾਂਦਾ ਇੰਨੀ ਦੇਰ, ਮਤਲਬ ਇੰਨਾ ਕਰੇਜ਼ ਹੋਇਆ ਪਿਆ, ਤਾਂ ਮਤਲਬ ਲੋਕਾਂ ਨੂੰ ਇੰਨਾ ਕਰੇਜ਼ ਹੈ ਕਿ ਲੋਕ ਪਹਿਲਾਂ ਹੀ ਪਹੁੰਚ ਚੁੱਕੇ ਨੇ ਮੂਵੀ ਦੇਖਣ ਵਾਸਤੇ। ਡਿਫਰੈਂਟ ਜਿਹੜਾ ਹੈਗਾ ਜੀ ਉਹ ਬਿਲਕੁਲ ਕਨਸੈਪਟ ਲੈ ਕੇ ਆਪਾਂ ਆਏ ਹੈਗੇ ਹਾਂ ਜੀ, ਬਿਲਕੁਲ ਡਿਫਰੈਂਟ ਹੈ ਜੀ। ਬੰਬੂ ਗਾਰਡ ਬਣਾਈ ਸੀ ਇਹਨਾਂ ਨਾਦਰ ਫਿਲਮਸ ਨੇ, ਪਹਿਲਾਂ ਨਾਦਰ ਫਿਲਮ ਅਤੇ ਰਿਦਮ ਬੋਇਜ਼ ਨੇ, ਹੈ ਨਾ, ਰਲ ਕੇ ਉਹ ਸੀਗੀ, ਬਿਲਕੁਲ ਡਿਫਰੈਂਟ ਕਨਸੈਪਟ ਸੀਗਾ, ਸਾਡੂਆਂ ਤਾਂ ਫਿਲਮ ਬਣੀ ਸੀ। ਤਾਂ ਇਹ ਫਿਲਮ ਵੀ ਹੁਣ ਇੱਕ ਸਾਲ ਬਾਅਦ ਵਿਚਦੀ ਨੇ, ਹੋਰ ਫਿਲਮ ਆਉਣੀ, ਪਰ ਮੇਰੀ ਇੱਕ ਸਾਲ ਬਾਅਦ ਇਹ ਫਿਲਮ ਆਉਣ ਲੱਗੀ ਹੈ ਜਿਹੜੀ ਬਿਲਕੁਲ ਹੀ ਡਿਫਰੈਂਟ ਹੈਗੀ ਪੰਜਾਬੀ ਦੇ ਵਿੱਚ। ਇਹ ਵੀ ਨਵਾਂ ਹੀ ਹੈ ਐਕਸਪੈਰੀਮੈਂਟ ਜੀ, ਹਰਿਆਣੇ ਅਤੇ ਪੰਜਾਬ ਨੂੰ ਲੈ ਕੇ ਬਣਾਈ। ਅਤੇ ਆਪਾਂ ਹੋਰ ਆਰਟਿਸਟ ਦੀ ਗੱਲ ਕਰੀਏ ਜੀ, ਜਸਵਿੰਦਰ ਭੱਲਾ ਭਾਜੀ, ਸਾਡੀ ਆਪਣੀ ਕਿਹੜੇ ਕਮੀ ਪਿਓ ਜਿਹੜੇ ਭਾਜੀ ਆਏ ਨਹੀਂ, ਤੁਹਾਡੀ ਗੱਲ ਕਰ ਲਓ, ਨਹੀਂ ਜਸਵਿੰਦਰ ਭੱਲਾ ਜੀ ਨੂੰ ਅਸੀਂ ਸਾਰੇ ਮਿਸ ਕਰ ਰਹੇ ਹਾਂ। ਜਸਵਿੰਦਰ ਭੱਲਾ ਜੀ ਦੀ ਬਾ ਕਮਾਲ ਟਾਈਮਿੰਗ ਹੈ, ਬਾ ਕਮਾਲ ਇਨਸਾਨ ਨੇ। ਕਰਮਜੀਤ ਅਨਮੋਲ ਜੀ ਇਸ ਫਿਲਮ ਦੇ ਵਿੱਚ ਹੈਗੇ ਨੇ, ਅਤੇ ਗੋਬਿੰਦ ਨਾਮਦੇਵ ਜੀ, ਰਕੇਸ਼ ਭੱਟ ਸਾਹਿਬ, ਹੈ ਨਾ, ਮਕੇਸ਼ ਭੱਟ ਸਾਹਿਬ, ਹਾਂਜੀ, ਇਹ ਉਹ ਵੀ ਇਸ ਫਿਲਮ ਦੇ ਵਿੱਚ ਹੈਗੇ, ਜਿਹਨਾਂ ਨੇ ਤੁਹਾਨੂੰ ਸਾਰਾ ਮਤਲਬ ਕੰਮ ਦੇ ਵਿੱਚ ਉਲਝਾਇਆ ਹੈਗਾ, ਕਹਿੰਦੇ ਕਿ ਤੁਸੀਂ ਵਿਆਹ ਕਰਾਓ ਤਾਂ ਹੀ ਜਿਹੜਾ ਹੈਗਾ ਜੀ ਕੰਮ ਸੈੱਟ ਹੋ ਗਿਆ ਸਾਰਿਆਂ ਨੇ, ਹਾਂਜੀ। ਅਤੇ ਵੱਡੀ ਗੱਲ, ਦੋ ਸਾਡੇ ਕੋਲ ਬਹੁਤ ਵੱਡੇ ਗਿਫਟ ਨੇ ਜੀ, ਸਾਡੇ ਸਾਰਿਆਂ ਵਾਸਤੇ ਸਰਪ੍ਰਾਈਜ਼ ਹੈ ਸਾਰਿਆਂ ਨੂੰ। ਖੈਰ ਪਤਾ ਹੀ ਹੈ ਜੀ, ਅਮਰਿੰਦਰ ਗਿੱਲ ਵੀਰ ਹੋਣਾ ਨੇ ਸਾਡੇ ਸਪੈਸ਼ਲ ਕਹਿਣ ਦੇ, ਹੈ ਨਾ ਜੀ, ਗਾਣਾ ਵੀ ਗਾਇਆ ਵੀਰ ਨੇ, ਅਤੇ ਬਹੁਤ ਵਧੀਆ ਨਿਊ ਅਵਤਾਰ ਦੇ ਵਿੱਚ ਆ ਰਹੇ ਨੇ, ਹਰਿਆਣਵੀ ਕਰੈਕਟਰ ਕੀਤਾ ਜੀ, ਔਰ ਬਾ ਕਮਾਲ ਕੀਤਾ, ਤੁਹਾਨੂੰ ਮਜ਼ਾ ਆਊਗਾ। ਅਤੇ ਤੁਸੀਂ ਰਣਜੀਤ ਬਾਬਾ, ਰਣਜੀਤ ਬਾਬੇ ਵੀਰ ਨੇ ਵੀ ਦੋ ਗੀਤ ਗਾਏ ਨੇ ਜੀ, ਅਤੇ ਮੇਰੇ ਚਾਚੇ ਦੇ ਮੁੰਡੇ ਦਾ ਕਰੈਕਟਰ ਕੀਤਾ ਜੀ, ਸ਼ਰਾਰਤੀ ਬੰਦੇ ਦਾ ਜੀ, ਪੂਰਾ ਸਾਰੀ ਪਸੂੜੀ ਰਣਜੀਤ, ਬਹੁਤ ਸਾਰਿਆਂ ਨੇ, ਬਹੁਤ ਪਰਿਵਾਰ ਦੀ ਤਰ੍ਹਾਂ ਤੁਹਾਨੂੰ ਦੱਸਿਆ ਜੀ, ਸਾਰਿਆਂ ਦੀ ਰਿਸਪੈਕਟ ਹੈ ਸਾਰਿਆਂ ਨੂੰ, ਤੁਸੀਂ ਤੁਹਾਡੇ ਪਸੰਦੀਦਾ ਕਲਾਕਾਰ ਨੇ ਸਾਰੇ। ਅਤੇ ਭਾਅ ਜੀ ਫਿਲਹਾਲ ਵੇਲਾ ਹੋ ਰਿਹਾ ਕਿ ਛੋਟੇ ਬ੍ਰੇਕ ਦਾ, ਅਤੇ ਜਦੋਂ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਆਪਣੇ ਆਪਣੇ ਵਿਊਜ਼ ਨੂੰ, ਆਪਾਂ ਟ੍ਰੇਲਰ ਵੀ ਦਿਖਾਉਣਾ ਹੈਗਾ, ਅਤੇ ਫਿਰ ਆਪਾਂ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜੀ। ਹਾਂਜੀ, ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ, ਅਤੇ ਆਪਾਂ ਨਾਲ ਲਿਆ ਜੀ ਕੈਪਟਨ ਆਫ ਦਾ ਸ਼ਿਪ ਸ਼ਿਤਿਜ ਚੌਧਰੀ ਭਾਈ। ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ, ਵਨ ਐਂਡ ਓਨਲੀ ਸ਼ਿਤਿਜ ਚੌਧਰੀ ਹੈਰੀ, ਬਾ ਕਮਾਲ ਬੰਦਾ ਜੀ, ਬਾ ਕਮਾਲ ਇਨਸਾਨ ਹੈ ਸਾਡੇ। ਸ਼ਰਟ ਦੀ ਫਿਟਿੰਗ ਬਹੁਤ ਵਧੀਆ ਆਈ ਹੈ, ਥੈਂਕਸ ਟੂ ਜਸਟ ਪੰਜਾਬੀ ਡੇਲੀ ਡੋਜ਼ ਦੇ ਵਿੱਚ, ਡੇਲੀ ਤੁਹਾਡਾ ਗਗਨ ਵੀਰ, ਸਾਰੇ ਚੈਨਲ ਦਾ, ਮੈਂ ਆਪਣੀ ਟੀਮ ਵੱਲੋਂ, ਵੇਖ ਬਰਾਤਾਂ ਚੱਲੀਆਂ ਦੀ ਸਾਰੀ ਟੀਮ ਵੱਲੋਂ ਬਹੁਤ ਧੰਨਵਾਦ ਕਰਦਾ, ਜਿਹੜੀ ਸਾਡੇ ਜਿਹੜੇ ਬੌਸ ਨੇ ਉਹਨਾਂ ਨੂੰ ਤੁਸੀਂ ਸ਼ਰਟ ਦੇਖੋ ਐਸਾ ਜਿਨ ਕੇ ਖੁਦ ਕੇ ਦੋਨੋ ਜੂਤੇ ਅਲੱਗ ਅਲੱਗ ਰੰਗ ਕੇ ਹੋਤੇ ਹੈ ਨਾ, ਉਹ ਦੂਸਰੋਂ ਕੀ ਸ਼ਰਟੋਂ ਕੇ ਉਂਗਲੀਆਂ ਨਹੀਂ ਉਠਾਤੇ। ਓ ਕਿਆ ਬਾਤ ਹੈ, ਜਿਨ ਕੇ ਖੁਦ ਕੇ ਘਰ ਸ਼ੀਸ਼ੇ ਕੇ ਹੋਤੇ ਹੈ। ਹਾਂ ਹਾਂ, ਵੈਸੇ ਭਾਈ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਕਵਿਤਾ ਕਰ ਰਹੇ ਹੈਗੇ ਨੇ, ਤਾਂ ਮਾਈਂਡ ਦੇ ਵਿੱਚ ਆਇਆ ਕਿ ਹਾਂ ਮੈਂ ਤਾਂ ਇਹਨਾਂ ਪੁੱਛੇ ਮੈਂ ਆਹ ਹੀ ਕਰ ਲੈਂਦੀ। ਐਕਚੁਅਲੀ ਪਹਿਲਾਂ ਕੀ ਚੱਕਰ ਹੈ ਜੀ, ਸਾਰੇ ਭੱਲਾ ਸਾਹਿਬ ਉਹਨਾਂ ਨਾਲ ਵਾਹ ਪੈਂਦਾ ਰਿਹਾ ਜੀ ਹਮੇਸ਼ਾ, ਘੁੱਗੀ ਸਾਹਿਬ ਨਾਲ, ਕਰਮਜੀਤ ਵੀਰ ਨਾਲ, ਜਾਂ ਬੀ ਐਨ ਸ਼ਰਮਾ ਸਾਹਿਬ ਸਾਰਿਆਂ ਨਾਲ ਹੀ, ਹੈ ਨਾ ਜੀ। ਪਰ ਜਦੋਂ ਪਤਾ ਲੱਗਿਆ ਜੀ ਵੀ ਕਵਿਤਾ ਕੌਸ਼ਿਕ ਜੀ ਹੈਗੇ ਨੇ, ਕਿਉਂਕਿ ਮੈਂ ਵੀ FIR ਦੇਖਦਾ ਰਿਹਾ ਬਹੁਤ ਛੋਟੇ ਹੁੰਦੇ ਤੋਂ ਦੇਖਦਾ ਰਿਹਾ, ਬਲਕਿ ਸਾਰਿਆਂ ਦੇ ਨਾਲ, ਗੋਬਿੰਦ ਨਾਮਦੇਵ ਜੀ ਤੇ ਭੱਟ ਸਾਹਿਬ ਨਾਲ, ਤੇ ਚਲੋ ਕਵਿਤਾ ਮੈਂ ਕਹਿ ਰਹੀ ਕਿ ਆਹਾ ਬॉयਜ਼ ਇੰਟਰਵਿਊ ਨਹੀਂ ਆਪਾਂ ਕਰਦੇ ਹੁਣ, ਤੁਹਾਡੇ ਨਾਲ ਵੀ ਆਪਾਂ ਗੱਲ ਕਰਦੇ ਆ। ਚਲੋ ਮੈਂ ਕਹਿੰਦਾ ਤੁਹਾਨੂੰ ਇੱਕ ਸਿਚੁਏਸ਼ਨ ਦਿੰਦਾ, ਠੀਕ ਹੈ। ਸਿਚੁਏਸ਼ਨ ਇਹ ਹੈਗੀ ਹੈ ਜੀ, ਇਹਨਾਂ ਕੋਲ ਹੈਗੀ ਹੈ ਜੀ ਬਿੱਚ, ਠੀਕ ਹੈ, ਤੇ ਤੁਹਾਡੇ ਕੋਲ ਹੈਗਾ ਡੌਗ, ਤੇ ਤੁਹਾਡਾ ਡੌਗ ਹੈਗਾ ਨਾ ਜੀ, ਉਹ ਬਹੁਤ ਤੰਗ ਕਰਦਾ ਹੈਗਾ ਜੀ, ਤੇ ਇਹ ਨਹੀਂ ਨਹੀਂ ਇਹਨਾਂ ਦੀ ਬਿੱਚ ਨੂੰ ਜੀ, ਤੇ ਇਹ ਲਾਂਬਾ ਲੈ ਕੇ ਤੁਹਾਡੇ ਘਰੇ ਆਏ ਨੇ, ਤੇ ਇਹ ਹੈਗੇ ਨੇ ਹਰਿਆਣਵੀ, ਤੁਸੀਂ ਹੈਗੇ ਪੰਜਾਬੀ, ਤਾਂ ਉਹ ਕਿਵੇਂ ਕਨਵਰਸੇਸ਼ਨ ਹੋ ਗਈ, ਮੈਨੂੰ ਕਰਕੇ ਦਿਖਾਓ। ਆਪਣੇ ਕੁੱਤੇ ਕੋ ਸਮਝਾ ਲੈ ਬਾਏ, ਸਿੱਧੀ ਬਾਤ ਬੋਲ, ਲਾਸਟ ਟਾਈਮ ਬੋਲ ਰਹਾ ਹੂੰ, ਇਸ ਵਾਰ ਇਸਨੇ ਹਮਾਰੇ ਘਰ ਕੇ ਸਾਹਮਣੇ ਸੇ ਵੀ ਨਿਕਲਾ ਨਾ, ਤੋ ਸਮਝ ਲ ਨਿਕਲ ਗਿਆ ਭਾਈ। ਦੇਖੋ ਆਪਣੀ ਮਾਲਕਿਨ ਪੇ ਗਿਆ ਹੈ ਪੰਜਾਬੀ, ਤੁਸੀਂ ਪੰਜਾਬੀ ਹੋ? ਉਹ ਮੈਂ ਪੰਜਾਬੀ ਹਾਂ। ਉਹ ਗਿਆ ਤੋ ਉਹਦੀ ਮਾਲਕਿਨ ਤੇ ਉੱਤੇ ਹੈ। ਅੱਛਾ, ਨਹੀਂ ਨਹੀਂ ਕਹਿੰਦੀ ਗੱਲ ਕਿੱਡੀ ਕਹਿ ਗਈ, ਕਹਿੰਦੀ ਗਿਆ ਆਪਦੇ ਮਾਲਕਿਨ ਦੇ, ਫੇਰ ਠੀਕ ਹੈ ਫੇਰ ਸੀ
ਦੇ ਆ ਗੈਂਗਿੰਗ ਅਪ ਅਗੇਂਸਟ ਮੀ ਨਹੀਂ 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 ਤੁਹਾਡੇ ਤੁਹਾਡੇ ਹੱਕ ਚ ਸਾਰੇ ਚਲੋ ਮੈਂ ਤੁਹਾਨੂੰ ਦੱਸਦਾ ਤੁਸੀਂ ਐਵੇਂ ਬੋਲਣਾ ਕਿ ਤੁਸੀਂ ਆਪਣੇ ਜਿਹੜੇ ਜਾਨਵਰ ਹੈਗੇ ਉਹਨਾਂ ਨੂੰ ਸੰਭਾਲ ਕੇ ਰੱਖੋ ਸਾਡਾ ਕੁੱਤਾ ਤਾਂ ਐਦਾਂ ਹੀ ਜਾਊਗਾ ਸਾਡਾ ਕੁੱਤਾ ਐਦਾਂ ਹੀ ਜਾਊਗਾ ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੋਮੀ ਸਾਡਾ ਕੁੱਤਾ ਤਾਂ ਐਵੇਂ ਹੀ ਹੈ ਐਦਾਂ ਹੀ ਜਾਊਗਾ ਐਦਾਂ ਹੀ ਜਾਊਗਾ ਠੀਕ ਹੈ ਤੁਸੀਂ ਤੁਹਾਡੀ ਸਮਝ ਗਿਆ ਮੈਂ ਲੇਡੀ ਡੌਗ ਨੂੰ ਮੈਂ ਸਮਝ ਗਿਆ ਸਮਝ ਗਿਆ ਠੀਕ ਹੈ ਹੁਣ ਕਹਿੰਦੇ ਤਾਂ ਜਾਊਗਾ ਭਾਈ ਕੀ ਕਰ ਸਕਦੇ ਆ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਫਿਰ ਅਸੀਂ ਸਮਝਾ ਲੈਂਦੇ ਪਿਛਲੀਆਂ ਫਿਲਮਾਂ ਦੇ ਵਿੱਚ ਸੀਗਾ ਕੁੜਤਾ ਪਜਾਮਾ ਜਿਵੇਂ ਪੰਚ ਤੇ ਪੰਚ ਹੁੰਦੇ ਸੀਗੇ ਬਿਲਕੁਲ ਥੋੜਾ ਸਟਾਈਲ ਡਿਫਰੈਂਟ ਜਿਹਾ ਇਹਨਾਂ ਦਾ ਸਰਟਨ ਕਾਮੇਡੀ ਇਹਨਾਂ ਦੀ ਹੈਨਾ ਕੰਟਰੋਲ ਕੀਤਾ ਇੱਥੇ ਤਾਂ ਹੁੰਦੇ ਨਹੀਂ ਫਿਲਮ 'ਚ ਬਹੁਤ ਕੰਟਰੋਲ ਕੀਤੇ ਨੇ ਪੱਲਾ ਸਾਹਿਬ ਦਾ ਵੀ ਬਹੁਤ ਡਿਫਰੈਂਟ ਜਿਹਾ ਤੁਹਾਨੂੰ ਕਰੈਕਟਰ ਦੇਖਣ ਨੂੰ ਮਿਲੇਗਾ ਹੈਨਾ ਅਤੇ ਟ੍ਰੇਲਰ ਜਿਵੇਂ ਲੋਕਾਂ ਨੇ ਪਸੰਦ ਕੀਤਾ ਫਿਲਮ ਉਸ ਤੋਂ ਵੀ ਜ਼ਿਆਦਾ ਪਸੰਦ ਕਰਨੇਗੇ ਕਿਉਂਕਿ ਸਾਰੀ ਪੂਰੀ ਟੀਮ ਡਾਇਰੈਕਟਰ ਮਤਲਬ ਸਾਰੇ ਡਾਇਰੈਕਟਰ ਸੀਗੇ ਆਪਾਂ ਇੰਟਰਨਲ ਥੋੜਾ ਚੱਲ ਪਏ ਸੀਗੇ ਪਰ ਏਦਾਂ ਦੀ ਕੈਮਿਸਟਰੀ ਤੁਹਾਨੂੰ ਫਿਲਮ ਚ ਵੀ ਨਜ਼ਰ ਆਊਗੀ ਤੇ ਜਿੱਥੇ ਵੀ ਆ ਤੁਹਾਡੇ ਸਾਰਿਆਂ ਦੀ ਬਦੌਲਤ ਆ ਜੀ ਤੁਸੀਂ ਸੈੱਟ ਤੇ ਵੀ ਇਹੀ ਮਾਹੌਲ ਰਿਹਾ ਸੀ ਕਾਮੇਡੀ ਫਿਲਮ ਤਾਂ ਵਧੀਆ ਬਣ ਸਕਦੀ ਸਭ ਦਾ ਮੂਡ ਠੀਕ ਹੋਵੇ ਜੀ ਤੇ ਵੱਡੀ ਗੱਲ ਹੁਣ ਅਸੀਂ ਇੰਜੋਏ ਕਰ ਰਹੇ ਹਾਂ ਜਾਂ ਤੁਸੀਂ ਦੇਖ ਕੇ ਜਿੰਨਾ ਵੀ ਇੰਜੋਏ ਕਰ ਰਹੇ ਹੋ ਪਰ ਫਿਲਮ ਦੇਖ ਕੇ ਇੰਨਾ ਜਿੰਨਾ ਅਸੀਂ ਇੰਜੋਏ ਕਰ ਰਹੇ ਤੂੰ ਡਬਲ ਇੰਜੋਏ ਕਰੂਗਾ ਇਸ ਗੱਲ ਦੀ ਗਰੰਟੀ ਆਲਰਾਈਟ ਤੇ ਘਰ ਭਾਈ ਜਿਵੇਂ ਤੁਹਾਡੀ ਮੂਵੀਜ਼ ਆ ਰਹੀਆਂ ਸੀ ਬੈਕ ਟੂ ਬੈਕ ਹਨਾ ਤੁਸੀਂ ਕਹਿੰਦਾ ਪਹਿਲਾਂ ਦਿੱਤੀ ਲਾਹੌਰੀ ਆਈ ਹਨਾ ਉਹ ਵੀ ਬਹੁਤ ਹਾਂਜੀ ਅੰਗਰੇਜ਼ ਉਸ ਤੋਂ ਬਾਅਦ ਪੰਜਾਬ ਫਿਰ ਲਾਹੌਰ ਬੰਬਗੜ ਫਿਰ ਲਾਹੌਰੀ ਤੇ ਹੁਣ ਆ ਰਹੀ ਹੈਗੀ ਵੇਖ ਪਤਾ ਚੱਲ ਫਿਫਥ ਵਨ ਹੈ ਜੀ ਫਿਫਥ ਵਨ ਯੈਸ ਤੇ ਭਾਈ ਕੀ ਕਹਿੰਦੇ ਇਹ ਜਿਹੜੇ ਤੁਸੀਂ ਕਨਸੈਪਟ ਸੋਚ ਰਹੇ ਹੈਗੇ ਜਾਂ ਕਹਿ ਲਓ ਕਿ ਆ ਪਹਿਲਾਂ ਪੀਰੀਓਡਿਕ ਮੂਵੀ ਜਿਹੜੀ ਤੁਸੀਂ ਉਹ ਲੈ ਕੇ ਆਏ ਸੀਗੇ ਜੀ ਇਹਦਾ ਜਿਹੜਾ ਆਈਡੀਆ ਸੀਗਾ ਤੁਹਾਨੂੰ ਕਿਵੇਂ ਲੱਗਿਆ ਕਿ ਇਹ ਇਸ ਦੇ ਉੱਤੇ ਵੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈਗਾ ਇਸ ਮੂਵੀ ਤੇ ਹਾਂਜੀ ਐਕਚੁਅਲੀ ਅਸੀਂ ਸਾਰੇ ਇਕੱਠੇ ਬੈਠੇ ਸੀ ਸਾਰੀ ਪੂਰੀ ਟੀਮ ਅਮਰਿੰਦਰ ਸੀਗੇ ਬਿਨੂ ਭਾਜੀ ਸੀਗੇ ਹੈਰੀ ਜੀ ਨੇ ਸਾਨੂੰ ਨਰੇਟ ਕੀਤੀ ਸੀ ਫਸਟ ਟਾਈਮ ਓਕੇ ਇਟਸ ਨਰੇਟ ਦੀ ਮਾਈ ਕੀ ਹੈ ਸਟੋਰੀ ਤੇ ਹੈਰੀ ਜੀ ਨੇ ਜਦੋਂ ਨਰੇਟ ਕੀਤੀ ਸੀ ਅਸੀਂ ਸਾਰਿਆਂ ਦਾ ਇੱਕਦਮ ਹੀ ਰਿਐਕਸ਼ਨ ਸੀਗਾ ਸਾਰਿਆਂ ਦਾ ਹੀ ਕਿ ਯਾਰ ਆ ਕਰਨੀ ਇਹਦੇ ਪਿੱਛੇ ਗੱਲ ਵੀ ਸੁਣਾ ਨਾ ਇਹਨੇ ਭਾਜੀ ਅਸਲੀ ਗੱਲ ਸੁਣਾ ਇਹਦੇ ਪਿੱਛੇ ਕੀ ਹੈ ਭਾਜੀ ਨੂੰ ਲੈ ਕੇ ਆਇਆ ਮੈਂ ਕਿਹਾ ਸਟੋਰੀ ਬਹੁਤ ਵਧੀਆ ਲੱਗੀ ਹੈ ਕਿ ਸੁਣੀਏ ਸਾਰੇ ਜਾਣੇ ਹੁਣ ਭਾਜੀ ਨੇ ਨਰੇਸ਼ਨ ਦਿੱਤਾ ਉਹ ਕਿਤੇ ਰਾਤ ਨੂੰ ਸਾਨੂੰ ਲੱਗੀ ਵਧੀਆ ਭਾਜੀ ਨੇ ਸਵੇਰੇ ਨਰੇਸ਼ਨ ਦਿੱਤਾ ਅਸੀਂ ਇੱਥੇ ਚੰਡੀਗੜ੍ਹ ਸੀਗੇ ਸਾਰੀ ਟੀਮ ਹੀ ਤਾਂ ਉਹਨਾਂ ਨੇ ਸਾਰੇ ਅਸੀਂ ਸਾਰੇ ਆਲੇ ਦੁਆਲੇ ਬੈਠ ਕੇ ਇੱਕ ਸਟੋਰੀ ਨਰੇਟ ਕੀਤੀ ਉਹ ਜਦੋਂ ਸਟੋਰੀ ਨਰੇਟ ਕਰੀ ਗਏ ਤਾਂ ਇੱਕ ਜਿਹੜੀਆਂ ਅੱਖਾਂ 'ਚ ਅੱਖਾਂ ਪੈਣ ਲੱਗੀਆਂ ਵੀ ਰਾਤ ਤਾਂ ਕੁਛ ਹੋਰ ਸੀ ਫਿਲਮ ਤਾਂ ਸਹੀ ਨਹੀਂ ਹੈਗੀ ਜਿਹੜੀ ਸੁਣਾ ਰਹੇ ਨੇ ਤੁਹਾਨੂੰ ਮੂਡ ਦੀ ਗੱਲ ਹੁੰਦੀ ਸੀ ਮੂਡ ਦੀ ਗੱਲ ਲੱਗਿਆ ਮੂਡ ਨਹੀਂ ਸੀਗਾ ਉਹਨਾਂ ਨੂੰ ਆਪਦੇ ਆਪ ਤੇ ਪ੍ਰੈਸਟੀਜ ਆਈ ਗੱਲ ਕਹਿੰਦੇ ਲੱਗਿਆ ਇਹਨਾਂ ਨੂੰ ਠੁੱਸ ਹੋ ਗਿਆ ਕੰਮ ਵੀ ਵਧੀਆ ਨਹੀਂ ਬਣਿਆ ਸਾਨੂੰ ਵੀ ਸਾਰਿਆਂ ਨੂੰ ਲੱਗਿਆ ਵੀ ਇਹ ਤਾਂ ਨਹੀਂ ਬਣਨੀ ਚਾਹੀਦੀ ਜਿਹੜੀ ਸਾਰੇ ਉੱਠ ਚੱਲੇ ਸੀਗੇ ਚਲੋ ਸਾਰੇ ਪਾਸੇ ਚੱਲੇ ਸੀਗੇ ਕਹਿੰਦੇ ਇੱਕ ਮਿੰਟ ਖੜੋ ਤੁਹਾਨੂੰ ਮੈਂ ਇੱਕ ਹੋਰ ਸਟੋਰੀ ਸੁਣਾਉਣਾ ਅੱਛਾ ਤਾਂ ਇਹਨਾਂ ਨੇ ਨਰੇਟ ਕੀਤੀ ਆ ਸਟੋਰੀ ਜਦੋਂ ਸਟੋਰੀ ਨਰੇਟ ਹੀ ਕਰ ਰਹੀ ਸਾਰਿਆਂ ਦੀ ਅੱਖਾਂ 'ਚ ਅੱਖਾਂ ਪਈਆਂ ਜਦੋਂ ਫਿਨਿਸ਼ ਕਰਕੇ ਤੇ ਤਾਂ ਉਹਦੀ ਨਾਲ ਦੀ ਨਾਲ ਖੜੇ ਹੋ ਕੇ ਕਹਿੰਦੇ ਦਿਸ ਇਜ਼ ਅ ਫਿਲਮ ਇਹ ਆਪਾਂ ਕਰ ਲਈਏ ਉਹਦੀ ਡਿਸੀਜ਼ਨ ਓਕੇ ਓਕੇ ਫਿਲਮ ਦੀ ਹੋਰ ਫਿਲਮ ਨਰੇਟ ਕਰਨ ਆਏ ਸੀ ਜੀ 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 ਸਟੋਰੀ ਸੁਣਾਉਣ ਆਏ ਸੀ ਉਹ ਸਟੋਰੀ ਤੋਂ ਅਸੀਂ ਥੋੜਾ ਜਿਹਾ ਕੀਤਾ ਕਿ ਯਾਰ ਉਸ ਦਿਨ ਨਰੇਸ਼ਨ ਸਾਹਮਣੇ ਤਾਂ ਕਹਿਣੇ ਬਿਨਾਂ ਕਰ ਲੈਂਦੇ ਆ ਕਰਦੇ ਆ ਗੱਲ ਕਰਦੇ ਆ ਹਾਂ ਮੈਂ ਸਮਝ ਗਿਆ ਇਸ਼ਾਰਾ ਉਦੋਂ ਹੈਨਾ ਕਿਵਰੀ ਮੂਡ ਹੁੰਦਾ ਹੈ ਨਰੇਸ਼ਨ ਦਾ ਨਾ ਹੁਣ ਇਹੀ ਫਿਲਮ ਦਾ ਨਰੇਸ਼ਨ ਮੈਂ ਜਦੋਂ ਦੁਬਾਰਾ ਇੱਕ ਆਪਣੇ ਫਰੈਂਡ ਨੂੰ ਦਿੱਤਾ ਇਹਨਾਂ ਨੂੰ ਦੇਣ ਤੋਂ ਬਾਅਦ ਉਹ ਤਾਂ ਕੋਈ ਰਿਐਕਸ਼ਨ ਹੀ ਨਹੀਂ ਸੀ ਇਹਦੇ ਤੇ ਮੈਂ ਕਿਹਾ ਥੋੜ੍ਹੀ ਦੇਰ ਪਹਿਲੇ ਹੋਏ ਨਾ ਸੀ ਨੇ ਅਮਰਿੰਦਰ ਗਿੱਲ ਇਹ ਹਸੀ ਰਿਹਾ ਬੰਦਾ ਉਹ ਮੂਡ ਤੇ ਐਕਚੁਅਲੀ ਬਹੁਤ ਡਿਪੈਂਡ ਕਰਦਾ ਓਕੇ ਓਕੇ ਤੇ ਮੂਡ ਜਿਹੜਾ ਹੈਗਾ ਜੀ ਆਪਾਂ ਥੋੜਾ ਜਿਹਾ ਉਹ ਕਰ ਦਈਏ ਘੈਂਟ ਲੋਕਾਂ ਦਾ ਕਿਉਂਕਿ ਆਪਣਾ ਟ੍ਰੇਲਰ ਜਿਹੜਾ ਹੈਗਾ ਜੀ ਉਹ ਬਹੁਤ ਜ਼ਿਆਦਾ ਲੋਕਾਂ ਦਾ ਮੂਡ ਜਿਹੜਾ ਹੈਗਾ ਬੂਸਟ ਅਪ ਕਰੂਗਾ ਸੋ ਇੱਕ ਵਾਰ ਟ੍ਰੇਲਰ ਜਿਹੜਾ ਹੈਗਾ ਆਪਾਂ ਆਪਣੇ ਸਾਰੇ ਵਿਊਜ਼ ਨੂੰ ਦਿਖਾ ਦਿੰਦੇ ਹਾਂ ਪਲੀਜ਼ ਸਰਦਾਰ ਸਾਹਿਬ ਆਪਕਾ ਛੋਰਾ ਦੇਖਣ ਨਾਲ ਤਾਂ ਠੀਕ ਲੱਗ ਰਿਹਾ ਸੀ ਸਾਨੂੰ ਵੀ ਤੁਹਾਡੀ ਕੁੜੀ ਬਹੁਤ ਸੋਹਣੀ ਲੱਗੀ ਲੇਕਿਨ ਵਿਆਹ ਤਾਂ ਬੋਗਾ ਜਬ ਲੜਕਾ ਲੜਕੀ ਕੀ ਕੁੰਡਲਿਆ ਆਪਸ ਮੈਂ ਮਿਲ ਜਾਣਾ ਸਾਡੇ ਤਾਂ ਮੁੰਡੇ ਕੁੜੀ ਦੇ ਮਾਮੇ ਫੁੱਫੜ ਜੀਜੇ ਮਿਲਾਏ ਜਾਂਦੇ ਆ ਮਿਲਣੀ 'ਚ ਆ ਕੁੰਡਲੀਆਂ ਕੰਡਲੀਆਂ ਮਿਲਾਉਣ ਦਾ ਰਿਵਾਜ਼ ਨਹੀਂ ਹੈ ਸਾਡੇ ਓ ਗਿਆ ਵਾਰੇ ਭਾਈ ਮਤਲਬ ਜਿੰਨੀ ਮਰਜ਼ੀ ਵਾਰ ਦੇਖ ਲਓ ਟ੍ਰੇਲਰ ਇੱਦਾਂ ਹੁੰਦਾ ਕਿ ਯਾਰ ਮਤਲਬ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਮਤਲਬ ਇੰਨੀ ਜ਼ਿਆਦਾ ਐਕਸਾਈਟਮੈਂਟ ਜਿਹੜੀ ਹੈਗੀ ਆ ਉਹ ਹੋਈ ਪਈ ਆ ਬਸ ਹੁਣ ਤੱਕ ਜਦੋਂ ਮੂਵੀ ਆਊਗੀ ਤਾਂ ਹੀ ਪਤਾ ਚੱਲੂਗਾ ਜੀ ਅਤੇ ਬਾਕੀ ਜਿਹੜੀ ਬੱਸ ਜਿਹੜੀ ਸੀਗੀ ਉਹ ਹਰਿਆਣਾ ਬਾਰਡਰ ਕ੍ਰੋਸ ਕਰ ਗਈ ਸੀ ਬਟ ਹੁਣ ਜਿਹੜੀ ਆਪਣੀ ਬੱਸ ਹੈਗੀ ਇਹਦੀ ਆਪਾਂ ਬ੍ਰੇਕ ਲਾ ਲਈਏ ਜੀ ਬਿਲਕੁਲ ਬਿਲਕੁਲ ਜੀ ਫਿਰ ਲਾਈਏ ਲਓ ਲਓ ਜੀ ਫਿਰ ਲਓ ਤੁਸੀਂ ਲਓ ਭਾਈ ਲਓ ਜੀ ਜਸਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਲੀਜ਼ ਇੱਕ ਬੇਨਤੀ ਹੈ ਜੀ ਤੁਸੀਂ ਇਸੇ ਟੀਵੀ ਦੇ ਨਾਲ ਬਣੇ ਰਹੋ ਅਸੀਂ ਲੈਂਦੇ ਹਾਂ ਛੋਟੀ ਜੀ ਬ੍ਰੇਕ ਹਾਂਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ ਜਿਹੜੀ ਸਾਡੀ ਬੱਸ ਸੀਗੀ ਉਹ ਹਰਿਆਣਾ ਦਾ ਬਾਰਡਰ ਕ੍ਰੋਸ ਕਰ ਗਈ ਸੀ ਦੁਆਰ ਤੋਂ ਆਪਾਂ ਫਿਰ ਤੋਂ ਪੰਜਾਬ ਦੇ ਵਿੱਚ ਵਾਪਸ ਆ ਗਏ ਹੈਗੇ ਹਾਂ ਅਤੇ
अच्छा तौर पे आप गल करते हैं क्या ना बड़ा मैं नहीं नहीं इट्स ओके आप इनसे बातें करिए मुझे आदत हो गई है एक्चुअली कि सब लोग यू नो पंजाबी में आपस में बातें कर रहे हैं और मैं सीख रही हूं ऑब्जर्व कर रही हूं मैं तो एक्चुअली हिंदी में कविता जी ये सिंकारा पी के आए हैं चाय की जगह कविता जी मैं पूछना चाहना थानू तुम्हारे दो क्वेश्चन ने तुम्हारे लिए थानू बिनू ढिल्लों नाल काम करके किदां दे लगे बस बहुत लगा मैं क्या बताऊं अच्छा नेक्स्ट क्वेश्चन जी नहीं फिर भी कुछ कहना चाहूंगा मेरी एक्चुअली ना मुझे ना लोग बहुत बातू नहीं कहते थे बैक होम बॉम्बे में मेरे फ्रेंड्स की ये बहुत बात करती है लेकिन मैं बड़ी गुड लिसनर हो गई हूं इन लोगों के साथ रह के और सिर्फ ऐसे इंटरव्यू च नहीं मैं वैसे थानू सच्ची गल दसो पहली पंजाबी मूवी है जी ये तो ਇਹ ਮੂਵੀ ਜਦੋਂ ਤੁਹਾਨੂੰ ਸੁਣਾਈ ਮੇਰੇ ਆਪਣੇ ਸਿੱਧ ਚੌਧਰੀ ਜੀ ਨੇ ਤੇ ਤੁਹਾਨੂੰ ਓਵਰਆਲ ਕਿੱਦਾਂ ਤੁਹਾਡਾ ਮਨ ਦੇ ਅੰਦਰ ਸਬਕੌਂਸ਼ੀਅਸ ਮਾਈਂਡ ਸਾਡੇ ਸਾਹਮਣੇ ਕਹਿਣ ਨੂੰ ਤਾਂ ਸਹੀ ਹੈ ਆਪਦੇ ਮਨ 'ਚ ਕੀ ਸੋਚਿਆ ਸੀ ਸੱਚੀ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰਾ ਹੁੰਦਾ ਤੁਸੀਂ ਹਿੰਦੀ ਨਾਲ ਰਿਲੇਟਡ ਹੈਗੇ ਹੋ ਬਾਲੀਵੁੱਡ ਦੇ ਨਾਲ ਰਿਲੇਟਡ ਹੋ ਪੰਜਾਬੀ ਮੂਵੀ ਉਹਦੇ ਅਕੋਰਡਿੰਗਲੀ ਬਿਲਕੁਲ ਛੋਟਾ ਮਾਧਿਅਮ ਹੈਗਾ ਬਿਲਕੁਲ ਥੋੜ੍ਹੇ ਜਿਹਾ ਟੀਵੀ ਸੀਰੀਅਲਸ ਤੁਸੀਂ ਕਰਦੇ ਹੋ ਬੜੇ ਫੇਮਸ ਸੀਗੇ ਤੁਸੀਂ ਤੁਹਾਨੂੰ ਆਪਦੇ ਮਨ 'ਚ ਇੱਕ ਵਾਰੀ ਸੋਚਿਆ ਸੀ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਜਾਂ ਛੱਡਾਂ ਜਾਂ ਕੋਈ ਮਨ 'ਚ ਇੱਦਾਂ ਦਾ ਕੁਐਸਚਨ ਆਇਆ ਹੋਵੇ ਕਦੇ ਦੇਖੀਏ ਮੇਰੇ ਲਈ ਹਮੇਸ਼ਾ ਨਾ ਕੰਟੈਂਟ ਔਰ ਕਨਸੈਪਟ प्राइमरी रहा है हमेशा क्वालिटी क्वांटिटी से ज़्यादा मेरे लिए अहम रही है और जब मैंने ये कहानी सुनी थी और जब मैंने इसको शूट भी होते हुए देखा तो डेफिनेटली जैसे कि ऑफ कोर्स पूरी इंडस्ट्री डिफरेंट है पंजाबी इंडस्ट्री मेल डोमिनेटेड भी है यू नो टू मेक काइंड ऑफ स्टैंडिंग एक लेडी का यू नो टू मेक हर फुट जो भी बाहर से आई है यू नो आई एम नॉट अ पंजाबी तो इट वॉज डिफ़िकल्ट लेकिन मैं यही मानती हूँ कि फिल्म में मेरा इतना विश्वास है इसलिए मैं आज यू नो आई एम प्रमोटिंग इट एंड आई एम पार्ट ऑफ इट विद फुल हार्ट बिकॉज आई बिलीव इन द फिल्म एंड आई बिलीव कि ये बहुत अच्छी फिल्म है और सब जब देखेंगे तो एवरीबॉडी विल रियलाइज दैट पंजाब छोड़ के नहीं जाना आप और भी मूवी जड़ी है पंजाब ਦੇ ਵਿੱਚ ਕਰਨੀ ਹੈ ਜਾਂ ਪੰਜਾਬੀ ਦੇ ਵਿੱਚ ਕਰਨੀ ਹੈ ਯੈਸ ਡੈਫੀਨਿਟਲੀ ਓਕੇ ਤੇ ਮੈਂ ਤੁਹਾਨੂੰ ਦੇਖਿਆ ਸੀ ਗਾਉਂਦੇ ਹੋ ਵੀ ਤੁਸੀਂ ਗਾਉਂਦੇ ਵੀ ਬਹੁਤ ਸੋਹਣਾ ਹੈਗੇ ਜਿਹੜਾ ਗਾਣਾ ਆਇਆ ਜੀ ਲਾਰੀ ਪਲੀਜ਼ ਪਲੀਜ਼ ਉਸ ਲਾਰੀ ਵਾਲਾ ਸੁਣਾ ਦਿਓ ਲਾਰੀ ਯਾ ਵੈਰੀ ਗੁੱਡ ਚਲਿਏ ਮੇਰੀ ਐਕਟਿੰਗ ਦੀ ਦੁਕਾਨ ਤੋਂ ਪਤਾ ਨਹੀਂ ਕਿੰਨੀ ਚਲੇਗੀ ਲੇਕਿਨ ਮੇਰੀ ਸਿੰਗਿੰਗ ਕੀ ਜ਼ਰੂਰ ਖੁੱਲ ਜਾਣੀ ਹੈ ਬਿਕੋਜ਼ ਆਫ ਦਿਸ ਫਿਲਮ ਕਿਉਂਕਿ ਮੈਂਨੇ ਪ੍ਰੋਮੋਸ਼ਨਸ ਮੇ ਇਤਨਾ ਗਾਇਆ ਜੀ ਸੌਰੀ ਪਲਕਾਂ ਤੇ ਬਿਠਾਵਾਂ ਬੀਬਾ ਤੈਨੂੰ ਯਾ ਫਿਰ ਸੀਟ ਤੇ ਬਹਿ ਜਾਣੀ अपनी समझ के चढ़या कर तू टिकट लेना देना नी जिस करा तू जाना होवे उंदी उत्ते चलदी है ए मित्रां दी लारी बीबा टिंग 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 ए मित्रां दी लारी बीबा तेरे करके चलदी है ਬਾਰਡਰ ਪਾਰ ਕਰ ਦਿੱਤਾ ਪਿਆਰ ਦੇ ਵਿੱਚ ਆਪਣੇ ਟਾਈਮ ਦੀ ਆਪਾਂ ਗੱਲ ਕਰੀਏ ਯੂਨੀਵਰਸਿਟੀ ਟਾਈਮ ਦੀ ਹਨਾ ਉਦੋਂ ਇਹੋ ਜਿਹਾ ਕੁਝ ਕੰਮ ਹੁੰਦਾ ਹੁੰਦਾ ਸੀਗਾ ਕਿ ਹਾਂ ਉਹ ਕਿੱਥੇ ਟੱਪ ਕੇ ਜਾਣਾ ਆਪਾਂ ਜਾਂ ਕੁਛ ਇਹੋ ਜਿਹੇ ਕ੍ਰੈਸ਼ ਕਿਤੇ ਹੋਣ ਮੈਰਿਜ ਕ੍ਰੈਸ਼ ਕਿਤੇ ਹੋਣ ਇਹੋ ਜਿਹਾ ਕੰਮ ਪਾਗਲਪਣ ਸੀਗਾ ਜੀ ਮੇਰਾ ਭੰਗੜੇ ਪਿੱਛੇ ਜੀ ਭੰਗੜਾ ਹੀ ਦਿਮਾਗ ਨੂੰ ਚੜਿਆ ਸੀ ਮੈਂ ਭੰਗੜਾ ਪਾਉਂਦਾ ਹੁੰਦਾ ਸੀ ਯੂਨੀਵਰਸਿਟੀ ਲੈਵਲ ਤੇ ਜੀ ਇੰਟਰਨੈਸ਼ਨਲ ਲੈਵਲ ਤੇ ਭੰਗੜਾ ਪਾਇਆ ਜੀ ਤਾਂ ਬਸ ਉਹਦੇ ਪਿੱਛੇ ਫਰੀਕ ਸੀ ਵੀ ਸਾਰਾ ਕੁਛ ਹੀ ਸਾਰਾ ਕੁਛ ਛੱਡਣ ਨੂੰ ਤਿਆਰ ਸੀ ਭੰਗੜੇ ਪਿੱਛੇ ਵੀ ਭੰਗੜਾ ਹੀ ਪਾਉਣਾ ਐਂ ਲੱਗਦਾ ਸੀ ਜ਼ਿੰਦਗੀ ਹੈ ਭੰਗੜਾ ਸਾਰਾ ਕੁਛ ਪਰ ਉਹਨੇ ਸਿਖਾਇਆ ਬਹੁਤ ਕੁਛ ਹੈ ਭੰਗੜੇ ਨੇ ਜਗ੍ਹਾ ਜਗ੍ਹਾ ਤੇ ਅਸੀਂ ਗਏ ਓਵਰਸੀਜ਼ ਵੀ ਗਏ ਜਿੱਥੇ ਜਿੱਥੇ ਪਾਇਆ ਤਾਂ ਸਾਰਾ ਕੁਛ ਤੁਰਨਾ ਫਿਰਨਾ ਬਹਿਣਾ ਬਹੁਤ ਕੁਛ ਦਿੱਤਾ ਭੰਗੜੇ ਨੇ ਜੀ ਮੈਨੂੰ ਤਾਂ ਸਲਿਊਟ ਹੈ ਜੀ ਸਾਡੇ ਫੋਕ ਡਾਂਸ ਨੂੰ ਹੈ ਨਾ ਤਾਂ ਹੋਰ ਜ਼ਿਆਦਾ ਕੰਧਾਂ ਘੁੱਟਦੇ ਨਹੀਂ ਟੱਪੇ ਜੀ ਆਹੀ ਹੈ ਬਸ ਹੈ ਨਾ ਆਪਦੇ ਉਹ ਬੜੀ ਮਹਾਰਾਜ ਨੇ ਕਿਰਪਾ ਕੀਤੀ ਜੀ ਠੀਕ ਰਹੇ ਉਹ ਵਕਤ ਸੰਭਾਲਣ ਦਾ ਹੁੰਦਾ ਬੜਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਭਾਜੀ ਤੁਹਾਡੇ ਤੋਂ ਮੈਂ ਪੁੱਛਾਂ ਮਤਲਬ ਜਿਵੇਂ ਹੁੰਦਾ ਕਿ ਡਾਇਰੈਕਟਰ ਨੂੰ ਸਾਹਮਣਾ ਬਹੁਤ ਔਖਾ ਹੁੰਦਾ ਆਰਟਿਸਟ ਨੂੰ ਸਾਹਮਣਾ ਡਾਇਰੈਕਟਰ ਵਾਸਤੇ ਡਾਇਰੈਕਟਰ ਨੂੰ ਸਾਹਮਣਾ ਮੈਂ ਤਾਂ ਬਹੁਤ ਕੂਲ ਹਾਂ ਜੀ ਤੁਸੀਂ ਤਾਂ ਮੈਨੂੰ ਪਤਾ ਚੱਲ ਰਿਹਾ ਭਾਜੀ ਤੁਸੀਂ ਬਹੁਤ ਕੂਲ ਹੈਗੇ ਤੇ ਮਤਲਬ ਤੁਹਾਨੂੰ ਕਿੰਨਾ ਕੁ ਜਿਹੜਾ ਸੀਗਾ ਜਿਹਨਾਂ ਨਾਲ ਥੋੜਾ ਕਰਨ ਦੇ ਵਿੱਚ ਔਖਾ ਹੋਇਆ ਕੋਈ ਤੰਗ ਕਰਦਾ ਹੁੰਦਾ ਸੀਗਾ 1% ਵੀ ਨਹੀਂ ਜੀ ਕਿਉਂਕਿ ਅਸੀਂ ਪਹਿਲੇ ਵੀ ਕੰਮ ਕਰ ਚੁੱਕੇ ਆ ਪ੍ਰੋਡਿਊਸਰ ਮੇਰੇ ਪੁਰਾਣੇ ਦੋਸਤ ਨੇ ਜਦੋਂ ਜਿਵੇਂ ਡਾਇਰੈਕਟਰ ਵੀ ਨਹੀਂ ਸੀ ਬਣਿਆ ਇਹਨਾਂ ਨਾਲ ਉਦੋਂ ਦੀ ਸਾਂਝ ਹੈਗੀ ਸੀਗੀ ਪ੍ਰੋਡਿਊਸਰਸ ਦੇ ਨਾਲ ਤੇ ਬੀਨੂ ਭਾਈ ਨਾਲ ਆਲਰੇਡੀ ਕੰਮ ਕਰ ਚੁੱਕੇ ਆ ਮੈਨੂੰ ਤਾਂ ਕੀ ਹੈ ਵੈਸੇ ਕਿਸੇ ਨੂੰ ਵੀ ਨਹੀਂ ਤੰਗ ਕਰਦੇ ਮੇਰੇ ਨਾਲ ਤਾਂ ਚਲੋ ਫੇਰ ਕੰਮ ਕਰ ਚੁੱਕੇ ਨੇ ਸ਼ੇਅਰ ਤੇ ਬੱਕੀ ਹੋ ਗਈ ਇੱਕ ਕਵਿਤਾ ਨਾਲ ਮੈਂ ਪਹਿਲੀ ਵਾਰੀ ਕਰ ਰਿਹਾ ਸੀਗਾ ਜਦੋਂ ਇਹਨਾਂ ਨੂੰ ਫਸਟ ਟਾਈਮ ਨਰੇਟ ਕੀਤੀ ਫਿਲਮ ਬੜੇ ਧਿਆਨ ਨਾਲ ਇਹਨਾਂ ਨੇ ਸੁਣੀ ਤੇ ਯੈਸ ਕਰ ਦਿੱਤੀ ਫਿਰ ਮੈਨੂੰ ਸੀਗਾ ਕਿ ਗੋਬਿੰਦ ਨਾਮਦੇਵ ਕਵਿਤਾ ਕੌਸ਼ਿਕ ਮੁਕੇਸ਼ ਬਟ ਇਹਨਾਂ ਨਾਲ ਫਸਟ ਟਾਈਮ ਕਰ ਰਿਹਾ ਤੇ ਬਟ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਉਹ ਇੰਨੇ ਮੰਜੇ ਹੋਏ ਐਕਟਰ ਨੇ ਔਰ ਇਨਸਾਨ ਹਿਊਮਨਸ ਇੰਨੇ ਨਾਈਸ ਨੇ
ਡਾਊਨ ਟੂ ਅਰਥ ਇਹਨਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ ਸਾਰਿਆਂ ਨਾਲ। ਤੇ ਕਦੇ ਭਾਅ ਜੀ ਕੋਈ ਇਹੋ ਜਿਹੀ ਡਿਮਾਂਡ ਆਈ ਸੀ ਇਸ ਮੂਵੀ ਦੇ ਵਿੱਚ, ਕੁਛ ਇਹੋ ਜਿਹਾ ਅਲੱਗ ਜਿਹੀ ਚੀਜ਼ ਮੰਗ ਲਈ ਹੋਵੇ ਕਿ ਹਾਂ ਜੀ ਆਹ ਅਰੇਂਜ ਕਰਕੇ ਦਿਓ, ਤੇ ਪ੍ਰੋਡਿਊਸਰ ਸੋਚ ਰਿਹਾ ਹੋਵੇ ਯਾਰ ਆਹ ਕਿੱਥੋਂ ਹੁਣ ਮੈਂ ਅਰੇਂਜ ਕਰਕੇ ਦਿਓ। ਕੁੱਤਾ ਭਾਅ ਜੀ ਕੁੱਤਾ ਸੀਗਾ ਮੇਨ, ਕੁੱਤੇ ਦੇ ਬੜੇ ਆਡੀਸ਼ਨ ਹੋਏ ਉਹਦੇ ਉਹਦੇ ਮੈਨੂੰ ਯਾਦ ਹੈ। ਅੱਛਾ ਤਾਂ ਹਮਾਰੀ ਨਾ ਸ਼ੂਟਿੰਗ ਪਹਿਵਾ ਮੇਂ ਇਹਨਾਂ ਨੇ ਬਤਾਇਆ ਕਿ ਵਹਾਂ ਪੇ ਹੈ ਔਰ ਵਹਾਂ ਪੇ ਇਹਨਾਂ ਨੇ ਬਤਾਇਆ ਕਿ ਕੋਈ ਹੋਟਲਸ ਨਹੀਂ ਹੈ, ਤੋ ਮੈਂ ਬੜਾ ਡਰ ਗਈ, ਮੈਨੂੰ ਕਿਹਾ ਹੋਟਲ ਨਹੀਂ ਹੈ ਫਿਰ ਹਮ ਕਹਾਂ ਰਹੇਂਗੇ, ਕੁਰੂਕਸ਼ੇਤਰ ਹੈ ਬੜਾ ਦੂਰ, ਤੋ ਮੈਂ ਨੈਟ ਪੇ ਢੂੰਢ ਰਹੀ ਥੀ ਰਹਿਣੇ ਕੀ ਜਗ੍ਹਾ ਹੈ, ਤੋ ਕੁਛ ਵੀ ਯੂ ਨੋ ਮਿਲ ਨਹੀਂ ਰਹਾ ਥਾ। ਐਕਚੁਅਲੀ ਤੋ ਮੁਝੇ ਮੁਝੇ ਕਹਿਣੀ ਚਾਹੀਦੀ ਬਾਤ, ਤੋ ਮੈਨੇ ਇਨਸੇ ਕਹਾ, ਮੈਨੇ ਕਹਾ ਕਿ ਅੱਛਾ ਅੱਛਾ ਅਬ ਹਮ ਮਤਲਬ ਮੈਨੇ ਐਡਸ ਵਗੈਰਾ ਕੀਏ ਹੈ ਤੋ ਯੂ ਨੋ ਆਦਤ ਹੈ ਕਿ ਯੂ ਨੋ ਥੋੜੀ ਐਡ ਕੀ ਟ੍ਰੀਟਮੈਂਟ ਕੀ, ਤੋ ਮੈਨੇ ਇਨਕੋ ਕਹਾ ਕਿ ਅੱਛਾ ਸੁਣੀਏ ਤੋ ਫਿਰ ਇੱਕ ਕਾਮ ਕਰਤੇ ਹੈ ਨਾ ਕਿ ਚੌਪਰ ਸਰਵਿਸ ਵੀ ਤੋ ਚਲਤੀ ਹੈ। ਚੰਡੀਗੜ੍ਹ ਕਹਿੰਦੇ ਸਟੇ ਕਰ ਲੈਂਦੇ ਹਾਂ ਕੋਈ ਨੀ, ਦੂਰ ਪੈਣਾ ਨਹੀਂ ਤੇ ਫਿਰ ਉਹ ਹੈਲੀਕਾਪਟਰ ਲੈ ਜਾਇਆ ਕਰਾਂਗੇ, ਉੱਥੇ ਲੈ ਕੇ ਸ਼ੂਟ ਕਰਕੇ ਆ ਜਾਇਆ ਕਰਾਂਗੇ। ਫਿਰ ਇਹਨਾਂ ਨੂੰ ਗੇੜੇ ਲਗਾਉਣੇ ਸੀ ਫਿਲਮ ਦੀ ਬਾਣੀ ਸੀ, ਕਹਿੰਦੇ ਉਹਨਾਂ ਕਹਿੰਦੇ ਕਿ ਫਿਲਮ ਕਿੰਨੀ ਕੁ ਰਹੀ, ਕਹਿੰਦੇ ਕਪਤਾਨ ਜੀ ਦੇ 7 ਗੇੜੇ ਰਹਿ ਗਏ ਹੈਨਾ। ਮੁਝੇ ਯਾਦ ਹੈ ਮੈਨੇ ਗੁਹਾਟੀ ਮੇਂ ਇੱਕ ਸ਼ੂਟ ਕੀਆ ਥਾ ਔਰ ਵਹਾਂ ਸੇ ਗੁਹਾਟੀ ਟੂ ਸ਼ਿਲੋਂਗ ਚੌਪਰ ਸਰਵਿਸ ਜਾਤੀ ਹੈ, ਤੋ ਹਮ ਸ਼ਿਲੋਂਗ ਮੇਂ ਸ਼ੂਟ ਕੀਆ ਥਾ, ਗੁਹਾਟੀ ਮੇਂ ਰਹਿ ਰਹੇ ਥੇ, ਤੋ ਦੋ ਤਿੰਨ ਦਿਨ ਸ਼ੂਟ ਕੇ ਹਮ ਲੋਗ ਚੌਪਰ ਸੇ ਜਾਤੇ ਥੇ, ਤੋ ਮੈਨੇ ਕਹਾ ਵਹਾਂ ਪਰ ਵੀ ਪਰ ਇਹ ਦੇਖ ਲੋ ਬਾਲੀਵੁੱਡ ਤੇ ਜਿਹੜਾ ਬਾਲੀਵੁੱਡ ਦੇ ਵਿੱਚ ਫਰਕ, ਇਹ ਚੌਪਰ ਦੀ ਡਿਮਾਂਡ ਕੀਤੀ ਸਾਡੇ ਕੋਲੇ, ਕਦੇ ਜਦੋਂ ਟੋਏ ਨਹੀਂ ਮੰਗਦੇ ਤੇ ਚੌਪਰ ਵੀ ਚੌਪਰ ਲੈ ਕੇ ਦੇ, ਉਦੋਂ ਵੀ ਕਰਦੇ ਚਪੇਟ ਪੈ ਜਾਣਾ ਇਹਨੂੰ ਲੈ ਕੇ ਦੋ ਜਹਾਜ਼ ਹਨਾ। ਵੈਸੇ ਉਹ ਜਿਹੜੀ ਲਾਰੀ ਦੇ ਵੀ ਸ਼ੂਟ ਕੀਤੇ ਮੈਨੂੰ ਤਾਂ ਉਹ ਵੀ ਚੌਪਰ ਨਾਲੋਂ ਘੱਟ ਨਹੀਂ ਹੈਗੀ, ਉਹ ਪੰਜਾਬੀ ਵਾਸਤੇ ਉਹੀ ਚੌਪਰ ਹੀ ਹੁੰਦਾ ਬਾਈ, ਐ ਉੜਦਾ ਹੀ ਜਾਂਦਾ ਹੈ। ਯੈਸ ਯੈਸ ਯੈਸ, ਸਾਰੇ ਰੂਟਸ ਉਹੀ ਨੇ ਜੀ, ਸਾਰੇ ਉਹ ਬੱਸਾਂ ਦੇ ਵਿੱਚ ਬਹਿ ਬਹਿ ਕੇ ਵੱਡੇ ਹੋਏ ਆ ਸਾਰੇ। ਬਾਕੀ ਇਦਾਂ ਜਿਆਦਾ ਕੋਈ ਹੋਰ ਪ੍ਰੋਬਲਮ ਨਹੀਂ ਆਈ, ਕਿਉਂਕਿ ਉੱਤੇ ਮੈਨੇਜ ਕਰਨ ਵਾਲੇ ਸੀਗੇ, ਮੈਂ ਸਪੈਸ਼ਲੀ ਉਹਨਾਂ ਦਾ ਨਾਮ ਲਊਂਗਾ, ਅਮੀਕ ਵਿਰਕ ਤੇ ਜਸਪਾਲ ਸੰਧੂ, ਹਾਂਜੀ ਨਦਰ ਫਿਲਮ ਤੇ ਜੇ ਸਟੂਡੀਓ ਦੇ ਨਾਲ ਨੇ, ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ। ਈਵਨ ਮਤਲਬ ਮੈਂ ਵੀ ਜ਼ਿਆਦਾ ਸੈੱਟ 'ਤੇ ਨਹੀਂ ਸੀਗਾ, ਉਹੀ ਸੀਗੇ ਸੈੱਟ 'ਤੇ ਜ਼ਿਆਦਾ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ, ਜੇ ਉਹਨਾਂ ਡਿਮਾਂਡ ਕੀਤੀ ਵੀ ਹੋਊਗੀ ਸਪੋਜ਼, ਅਤੇ ਡੈਫੀਨੇਟਲੀ ਉਹਨਾਂ ਨੂੰ ਪੂਰੀ ਕੀਤੀ। ਚਲੋ ਚਲੋ ਹੁਣ ਮੈਂ ਕਹਿੰਦਾ ਕਿ ਆਪਣੀ ਮੂਵੀ ਇੰਨੀ ਸਕਸੈਸਫੁਲ ਹੋ ਜੂਗੀ ਅਤੇ ਆਪਾਂ ਬਾਅਦ 'ਚੋਂ ਚੌਪਰ ਦਾ ਨਾ ਗੇੜਾ ਲਵਾ ਲਾਂਗੇ, ਅਤੇ ਭਾਜੀ ਜਿਵੇਂ ਕਿ ਆਪਾਂ ਗੱਲ ਕੀਤੀ ਆਡੀਸ਼ਨ ਹੋਰ ਕਾਸਟ ਵਾਸਤੇ ਹੋਏ ਹੋਣਗੇ ਨਾ, ਜਿਵੇਂ ਸਪੋਰਟਿੰਗ ਕੋਈ ਹੋਰ ਹੋਏਗਾ ਨਾਲ ਨਾ, ਡੌਗ ਜਿਹੜਾ ਆਪਣੇ ਉਹ ਭਾਜੀ ਨੇ ਪੁੱਛਿਆ ਉਹਦਾ ਆਡੀਸ਼ਨ ਹੋਇਆ ਸੀ ਕਿ ਨਹੀਂ? ਭਾਜੀ ਉਹਦੇ ਆਡੀਸ਼ਨ ਹੋਏ ਸੀਗੇ ਹੈ ਨਾ, ਪਹਿਲੇ ਉਹ ਟ੍ਰੇਨਰ ਆਉਂਦੇ ਸੀਗੇ, ਉਹਨੂੰ ਦੱਸਿਆ ਸੀ ਰਿਕੁਆਇਰਮੈਂਟ ਵੀ ਆਹ ਲੈ ਭਾਜੀ 2 ਮਿੰਟ 'ਚ ਹੋ ਜਾਊਗਾ, ਫਿਰ ਜਦੋਂ ਆਡੀਸ਼ਨ ਲੈਂਦੇ ਸੀ ਉਹ ਨਹੀਂ ਸੀ ਹੁੰਦਾ ਉਹਦੇ ਕੋਲ, ਤੇ ਹਫਤਾ ਲੱਗਿਆ ਸੀਗਾ ਸਿਲੈਕਟ ਕਰਨ ਨੂੰ। ਓਕੇ, ਤੇ ਫਾਈਨਲੀ ਇਹ ਕਿੱਥੋਂ ਮਿਲਿਆ ਜੀ ਜਿਹੜਾ ਟੈਲੈਂਟ? ਚੰਡੀਗੜ੍ਹ ਤੋਂ ਹੀ ਮਿਲ ਗਿਆ, ਚੰਡੀਗੜ੍ਹ ਤੋਂ ਟੈਲੈਂਟ ਮਿਲ ਗਿਆ, ਪਰ ਬਹੁਤ ਵਧੀਆ ਉਹਨਾਂ ਨੇ ਬਖੂਬੀ ਰੋਲ ਨਿਭਾਇਆ ਜੀ, ਲੱਗੂਗਾ ਨਹੀਂ ਉਹਨਾਂ ਦੀ ਡੈਬਿਊ ਹੈ। ਪਹਿਲੇ ਵੀ ਕੰਮ ਕੀਤਾ ਔਰ ਅੱਛੀ ਅੰਡਰਸਟੈਂਡਿੰਗ ਸੀਗੀ ਇਹਨਾਂ ਦੀ, ਮਿਕਸ ਅਪ ਜਲਦੀ ਹੋ ਗਈ। ਓਕੇ, ਤੇ ਟੇਕ 2 ਲੈਂਦੇ ਹੁੰਦੇ ਸੀ ਕਿ ਨਹੀਂ? 1 ਟੇਕ ਨਹੀਂ, ਬਹੁਤ ਘੱਟ ਸੀਗਾ ਜੀ, ਬੜਾ 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 ਵਧੀਆ ਸੀਗਾ ਜੀ। ਜਦੋਂ ਲੰਚ ਟਾਈਮ ਉਹਦਾ ਸੀਗਾ, ਜਿਵੇਂ ਅਸੀਂ ਕਈ ਆਰਟਿਸਟਾਂ ਦਾ ਕੰਮ ਹੁੰਦਾ ਵੀ ਜੇ ਕੰਮ ਚੱਲ ਰਿਹਾ, ਇੱਕ ਸੀਨ ਪੂਰੇ ਕਰ ਲਈਏ, 2 ਵਜੇ ਦੇ ਵੱਜ ਲੈਣ ਦਿਓ, ਉਹਨੇ 1 ਵਜੇ ਕਹਿਣ ਵੀ, ਜਦੋਂ ਉਹਦਾ ਟ੍ਰੇਨਰ ਜਿਹੜਾ ਸੀ ਕਹਿੰਦਾ ਖੜ ਜਾਓ, ਇਹ ਤਾਂ ਲੰਚ ਟਾਈਮ ਹੋ ਗਿਆ, ਤੁਸੀਂ ਕਰਕੇ ਕਹਿੰਦੇ ਖਾ ਲੈਣ ਦੇ, ਉਹਨੇ ਖਾ ਲਿਆ ਤੇ ਉਹ ਤੋਂ ਬਾਅਦ ਥੋੜ੍ਹਾ ਜਿਹਾ ਟੇਕ ਕੀਤਾ, ਕਹਿੰਦੇ ਨਹੀਂ ਹੁਣੇ 15 ਮਿੰਟ ਰੈਸਟ ਕਰੂ, ਤਾਂ ਖੜੇ ਸਾਰੇ ਆ ਜਾਂਦੇ, ਤਾਂ ਬੜਾ ਬੜਾ ਡਿਸਿਪਲਿਨ ਸੀ, ਬੜਾ ਪਲਾਨ ਸੀਗਾ ਉਹਦਾ। ਓਕੇ, ਮੇਕਅਪ ਆਰਟਿਸਟ ਵੀ ਉਹਦਾ ਅਲੱਗ ਸੀਗਾ, ਤੇ ਮਤਲਬ ਕਿਆ ਪੂਰਾ ਮਤਲਬ ਪੂਰਾ ਘੈਂਟ ਕੰਮ ਸੀਗਾ ਜੀ, ਦੋ ਦੇ ਨਾਲ ਟ੍ਰੇਨਰ ਸੀਗੇ, ਉਹਦਾ ਡਿਕ ਬੁਆਏ ਸੀਗੇ ਨਾਲ ਜੀ, ਤਾਂ ਵੱਖਰਾ ਰੂਮ ਲੈ ਕੇ ਦਿੱਤਾ ਸੀ ਉਹਨੂੰ, ਵਧੀਆ ਜਿਵੇਂ ਖਾਣਾ ਪੀਣਾ ਸਾਰਾ ਕੁਝ ਵੱਖਰਾ, ਮੈਂ ਕਿਤੇ ਵੱਖਰੀ ਵੈਨਿਟੀ ਮੈਂ ਉਹਨੂੰ ਲੈ ਕੇ ਦਿੱਤੀ ਸੀ, ਨਹੀਂ ਨਹੀਂ ਰੈਸਟ ਦੇਣੀ ਪੈਂਦੀ ਸੀ ਪ੍ਰੋਪਰ ਉਹਦੇ ਜੀ। ਓਕੇ, ਰੈਸਟ ਪ੍ਰੋਪਰ, ਹਾਂ ਠੀਕ ਹੈ। ਤੇ ਭਾਜੀ ਨਾਮ ਕੀ ਸੀਗਾ ਮੂਵੀ ਦੇ ਵਿੱਚ, ਕੀ ਨਾਮ ਹੈਗੇ? ਮੂਵੀ 'ਚ ਲੂਸੀ ਹੈ, ਵੈਸੇ ਦਾ ਨਾਮ ਸੀ ਨੈਣਾ। ਨੈਣਾ, ਓਕੇ 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 ਓਕੇ, ਤੇ ਜਿਹੜਾ ਨੈਣਾ ਦਾ ਮੇਲ ਹੋਇਆ ਭਾਜੀ ਨੈਣਾ ਨਾਲ ਹੋਇਆ, ਨੈਣਾ ਨੈਣ ਮਿਲੇ, ਨੈਣਾ ਨਾਲ ਨੈਣ ਮਿਲੇ। ਓਕੇ, ਜਿਹੜਾ ਵਿਆਹ ਵਾਲਾ ਸੀਕੁਐਂਸ ਸੀ ਜਿੱਥੇ ਇਹਨਾਂ ਦਾ ਵਿਆਹ ਹੁੰਦਾ ਉਹਦੇ ਨਾਲ ਨੈਣਾ ਦੇ ਨਾਲ, ਸਭ ਤੋਂ ਹਿਲੇਰੀਅਸ ਸੀਕੁਐਂਸ, ਸਾਨੂੰ ਸ਼ੂਟ ਕਰਨਾ ਔਖਾ ਹੋ ਗਿਆ ਸੀਗਾ ਜੀ, ਹਾਸਾ ਆ ਰਿਹਾ ਸੀਗਾ ਉੱਥੇ। ਅੱਛਾ, ਟੈਕਨੀਸ਼ੀਅਨ ਸਾਡੇ ਇੰਨਾ ਹੱਸ ਰਹੇ ਸੀਗੇ ਸੀਕੁਐਂਸ ਦੇਖ ਕੇ, ਬਹੁਤ ਮੁਸ਼ਕਿਲ ਸ਼ੂਟ ਕੀਤਾ। ਓਕੇ, ਮੈਂ ਦੇਖਿਆ ਬਹੁਤ ਸੋਹਣੇ ਕੋਸਟਿਊਮ ਇਹਨੂੰ ਪਵਾਏ ਹੋਏ, ਬਹੁਤ ਫਨੀ, ਬਹੁਤ ਕਿਊਟ ਜਿਹਾ ਲੱਗ ਰਿਹਾ ਉਹ ਹੈ ਨਾ। ਤੇ ਫਿਲਹਾਲ ਭਾਈ ਫਿਰ ਉਹੀ ਕੰਮ ਆਪਾਂ ਦੁਆਰਾ ਕਰਨਾ ਹੈਗਾ ਜੀ, ਬ੍ਰੇਕ ਲਾਉਣੀ। ਚਲੋ ਮੈਂ ਲੜਨਾ ਇਸ ਵਾਰੀ, ਹਾਂਜੀ, ਤੇ ਆਪਾਂ ਮਿਲਦੇ ਹਾਂ ਜੀ ਫਿਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਡੇਲੀ ਡੋਜ਼ ਦੇ ਵਿੱਚ, ਤੇ ਬਹੁਤ ਸੋਹਣਾ ਟਾਈਮ ਭਾਜੀ ਇੱਧਰ ਆਪਣਾ ਟੱਪ ਰਿਹਾ ਹੈਗਾ, ਤੇ ਗੱਲ ਆਪਾਂ ਕਰ ਰਹੇ ਹਾਂ ਜੀ ਦੇਖ ਬਰਾਤਾਂ ਚੱਲੀਆਂ ਦੀ, ਤੇ ਹੁਣ ਬਰਾਤ ਦੀ ਵੀ ਆਪਾਂ ਗੱਲ ਕਰ ਲੈਂਦੇ ਹੈਗੇ ਹੈ ਨਾ। ਬਰਾਤ ਜਿਹੜੀ ਹੈਗੀ ਜੀ ਭਾਈ, ਜਦੋਂ ਉਹ ਬਰਾਤ ਲੈ ਕੇ ਜਾਣੀ ਸੀ ਲੂਸੀ ਦੇ ਘਰੇ, ਤਾਂ ਪਿੰਡ ਵਾਲਿਆਂ ਦਾ ਕਿਵੇਂ ਦਾ ਮਾਹੌਲ ਸੀਗਾ ਜੀ?
ਤਾਂ ਅਸੀਂ ਜਿਹੜਾ ਕਰਦੇ ਹਾਂ ਲੁੱਕ ਛਿਪ ਕੇ ਕਰਨਾ ਹੁੰਦਾ ਇਹ ਸਾਰਾ ਜਿਹੜਾ ਕਾਰਜ ਹੈ ਇਹ ਕਾਰਜ ਬਾਈ ਤੁਸੀਂ ਇਹ ਲੁੱਕ ਛਿਪ ਕੇ ਕਰਨਾ ਹੁੰਦਾ ਜੀ ਤਾਂ ਉਹ ਉਹਨੂੰ ਕਿਤੇ ਸੁਣ ਲੈਂਦਾ ਜੀ ਉਹ ਸਾਰੀ ਬਰਾਤ ਫਿਰ ਉਹ ਲੈ ਕੇ ਆਉਂਦਾ ਜੀ ਬੂੰਡ ਬਾਜਾ ਜੀ ਸਾਰੇ ਫਿਰ ਉਹ ਸਾਰੇ ਕਿਤੇ ਸੁਣੀ ਪਾਉਂਦੇ ਤੇ ਇੱਕ ਪਾਸੇ ਦੇਖ ਵੀ ਰਹੇ ਤੁਹਾਡਾ ਬਹੁਤ ਸੀਰੀਅਸ ਵਾਲਾ ਰੋਲ ਵੀ ਜਿਹੜਾ ਹੈਗਾ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਨਾਲਾ ਕਾਮੇਡੀ ਵੀ ਹੈਗੀ ਤੇ ਨਾਲਾ ਥੋੜਾ ਜਿਹਾ ਬਿਨੂ ਢਿੱਲੋਂ ਨੂੰ ਆਪਾਂ ਇਸ ਫਿਲਮ ਦੇ ਵਿੱਚ ਸੱਤੇ ਰੰਗ ਨੇ ਜੀ ਸਾਰੇ ਜਿਹੜੇ ਤੁਸੀਂ ਬਾਪ ਤੇ ਬੇਟੀ ਦਾ ਪਿਆਰ ਦੇਖੋਗੇ ਬਾਪ ਤੇ ਪੁੱਤ ਦਾ ਪਿਆਰ ਦੇਖੋਗੇ ਮਾਂ ਧੀ ਦਾ ਪਿਆਰ ਦੇਖੋਗੇ ਤੇ ਜਿੰਨੇ ਵੀ ਰੰਗ ਆਪਣੀ ਜ਼ਿੰਦਗੀ 'ਚ ਹੁੰਦੇ ਨੇ ਸਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੰਜੀਦਾ ਵੀ ਹੈਗੀ ਹੈ ਫਿਲਮ ਅਤੇ ਕੋਮੇਡੀ ਤਾਂ ਫੁੱਲ ਔਨ ਕੋਮੇਡੀ ਸਿਚੁਏਸ਼ਨ ਕੋਮੇਡੀ ਹੈ ਸਾਰੇ ਪਰ ਕਿਰਦਾਰ ਆਪੋ ਦੇ ਕਿਰਦਾਰ ਕਰ ਰਹੇ ਨੇ ਬਹੁਤ ਮਜ਼ਾ ਆਊਗਾ ਤੁਹਾਨੂੰ ਦੇਖ ਕੇ ਐਂਡ ਤੁਸੀਂ ਜਦੋਂ ਫਿਲਮ ਦੇਖ ਕੇ ਤੁਸੀਂ ਤ੍ਰਿਪਤ ਹੋ ਜਾਓਗੇ ਕਰੀ ਤੁਸੀਂ ਕਹੋਗੇ ਵਾਓ ਦਿਸ ਇਜ਼ ਅ ਫਿਲਮ ਐਕਚੁਅਲੀ ਤੇ ਕਵਿਤਾ ਜਿਵੇਂ ਕਿ ਪੰਜਾਬੀ ਜਿਹੜਾ ਮਾਹੌਲ ਹੈ ਤੁਸੀਂ ਉਹ ਫਸਟ ਟਾਈਮ ਦੇਖਿਆ ਹੋਊਗਾ ਤਾਂ ਕਿੱਦਾਂ ਦਾ ਤੁਹਾਨੂੰ ਕਿੱਦਾਂ ਲੱਗਿਆ ਕਿ ਤੇ ਖਾਣ ਪੀਣ ਦੀ ਆਪਾਂ ਗੱਲ ਕਰੀਏ ਤਾਂ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਤੁਸੀਂ ਉਹ ਸਭ ਤੋਂ ਜ਼ਿਆਦਾ ਇੰਜੋਏ ਕੀਤੀ ਹੈ ਡਿਊਰਿੰਗ ਸ਼ੂਟ ਕੀ ਖਾਇਆ ਸਭ ਤੋਂ ਜ਼ਿਆਦਾ ਐਕਚੁਅਲੀ ਮੇਰੇ ਲਈ ਪਹਿਲਾ ਮਾਹੌਲ ਤੋਂ ਮੇਰੇ ਲਈ ਅਨਫੈਮੀਲੀਅਰ ਨਹੀਂ ਹੈ ਜਿਵੇਂ ਮੈਨੇ ਬਤਾਇਆ ਕਿ ਮੇਰੇ ਪਾਪਾ ਪੋਸਟਡ ਥੇ ਪੰਜਾਬ ਮੈਂ ਤਾਂ ਉਨਕੇ ਬੜੇ ਸਾਰੇ ਫਰੈਂਡਸ ਪੰਜਾਬੀ ਥੇ ਔਰ ਇੱਕ ਤੋਂ ਹਮਾਰੇ ਬਹੁਤ ਹੀ ਕਲੋਜ਼ੈਸਟ ਫੈਮਿਲੀ ਫਰੈਂਡਸ ਸਰਦਾਰ ਅੰਕਲ ਕਸੂਰੀ ਅੰਕਲ ਥੇ ਤੋ ਉਨਕੀ ਫੈਮਿਲੀ ਸੇ ਬੜੇ ਕਲੋਜ਼ ਹੈ ਤੋ ਹਮੇਸ਼ਾ ਉਨਕੇ ਯਹਾਂ ਨਾ ਪੰਜਾਬੀ ਖਾਣਾ ਬਨਤਾ ਥਾ ਔਰ ਹਰ ਸੰਡੇ ਯੇ ਹੋਤਾ ਹੀ ਥਾ ਕਿ ਹਮ ਉਨਕੇ ਯਹਾਂ ਪੇ ਉਨਕੇ ਘਰ ਪੇ ਜਾਤੇ ਥੇ ਔਰ ਬੜਾ ਅੱਛਾ ਪੰਜਾਬੀ ਫੇਅਰ ਹਮ ਲੋਗ ਖਾਤੇ ਥੇ ਐਂਡ ਯੈਸ ਅਫਕੋਰਸ ਯਹਾਂ ਕਾ ਖਾਣਾ ਇਤਨਾ ਰਿਚ ਹੈ ਇਤਨਾ ਯਹਾਂ ਕੇ ਕਲਰਸ ਪੰਜਾਬੀਜ਼ ਆ ਕਲਰਫੁਲ ਵਾਈਬ੍ਰੈਂਟ ਲਾਊਡ ਬਟ ਆਲ ਇਨ ਅ ਗੁੱਡ ਵੇ ਐਂਡ ਆਈ ਅਫਕੋਰਸ ਲਵ ਪੰਜਾਬ ਐਂਡ ਆਈ ਲਵ ਯਹਾਂ ਕਾ ਖਾਣਾ ਰਾਜਮਾ ਚਾਵਲ ਮੇਰਾ ਫੇਵਰੇਟ ਹੈ ਐਂਡ ਪੰਜਾਬ ਰੌਕਸ ਯਾ ਲਾਊਡ ਮੈਂ ਸਾਡੇ ਨਾ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਨੇ ਦਿਲ 'ਚ ਰੱਖਣ ਵਾਲੇ ਨਹੀਂ ਹੈਗੇ ਜਿਹੜਾ ਕੁਛ ਹੁੰਦਾ ਮੂੰਹ 'ਤੇ ਬੋਲ ਲੈਂਦੇ ਆ ਪਟਕਦੇ ਨੇ ਹੈ ਨਾ ਤਾਂ ਕਰਕੇ ਉਹ ਤੁਸੀਂ ਉੱਧਰੋਂ ਆਏ ਹੋ ਤਾਂ ਤੁਹਾਨੂੰ ਲਾਊਡ ਲੱਗਦਾ ਪਰ ਨਹੀਂ ਨਹੀਂ ਬਿਲਕੁਲ ਨਹੀਂ ਜੀ ਸਭ ਨੂੰ ਲੱਗਦਾ ਮੈਂ ਇਨਕੋ ਇਹੀ ਬੋਲ ਰਹੀ ਸੀ ਕਿ ਸਾਡੇ ਖੁੱਲ੍ਹੇ ਸੁਭਾਅ ਹੈ ਖੁੱਲ੍ਹੇ ਸੁਭਾਅ ਨੇ ਖੁੱਲ੍ਹੇ ਸੁਭਾਅ ਹੁੰਦੇ ਪੰਜਾਬੀ ਹੈ ਨਾ ਯੈਸ ਵੈਸੇ ਤੁਹਾਨੂੰ ਕੀ ਫਰਕ ਕਿਹੜਾ ਮਹਿਸੂਸ ਕੀ ਹੋਇਆ ਸਭ ਤੋਂ ਜ਼ਿਆਦਾ ਵਧੀਆ ਇੱਕ ਵਧੀਆ ਚੀਜ਼ ਕੀ ਲੱਗੀ ਤੁਹਾਨੂੰ ਆਪਸ ਮੈਂ ਜੋ ਇਨ ਲੋਕ ਕੀ ਕੈਮਰਾਡਰੀ ਹੈ ਦ ਮੈਨ ਯੂ ਨੋ ਯੇ ਮੁਝੇ ਬੜੀ ਅੱਛੀ ਲੱਗੀ ਇਨਕਾ ਜੋ ਭਾਈਚਾਰਾ ਹੈ ਦ ਬ੍ਰਦਰਹੁੱਡ ਦੈਟ ਦੇ ਸ਼ੇਅਰ ਔਰ ਇਨਕਾ ਵੋ ਕਾਮ ਮੇ ਵੀ ਰਿਫਲੈਕਟ ਕਰਤਾ ਹੈ ਹਮਾਰੀ ਇੰਡਸਟਰੀ ਮੇ ਯੂ ਨੋ ਕੁਛ ਜ਼ਿਆਦਾ ਹੀ ਇਟਸ ਵੈਰੀ ਵੈਰੀ ਪ੍ਰੋਫੈਸ਼ਨਲ ਯਹਾਂ ਪਰ ਯੂ ਨੋ ਇਨ ਲੋਕ ਕਾ ਆਪਸ ਮੇ ਇਟਸ ਮੋਰ ਲਾਈਕ ਅ ਫੈਮਿਲੀ ਤੋ ਯੇ ਲੋਕ ਇਕਦਮ ਯੂ ਨੋ ਹੱਸਦੇ ਹੱਸਦੇ ਯੂ ਨੋ ਚੀਜ਼ ਹੋ ਜਾਤੀ ਹੈ ਫਟਾਫਟ ਹੱਸਦੇ ਹੱਸਦੇ ਯੇ ਲੋਕ ਆਪਸ ਮੇ ਬੜਾ ਅੱਛਾ ਯੂ ਨੋ ਕਿਸੀ ਵੀ ਚੀਜ਼ ਕੋ ਅੰਜਾਮ ਦੇ ਦਿੱਤੇ ਵਿਚ ਇਜ਼ ਆਈ ਥਿੰਕ ਦ ਗ੍ਰੇਟਨੈਸ of Punjab, the brotherhood that you all share. ਇਹੋ ਚੀਜ਼ ਤੁਹਾਨੂੰ ਵਧੀਆ ਲੱਗੀ ਹੈਗੀ ਹੈ ਹਾਂ ਯੈਸ ਤੇ ਭਾਜੀ ਗੱਲ ਮਿਊਜ਼ਿਕ ਦੀ ਕਰੀਏ ਆਪਾਂ ਮੂਵੀ ਦੇ ਤਾਂ ਬਹੁਤ ਸੋਹਣੇ ਸੌਂਗ ਵੀ ਜਿਹੜੇ ਹੈਗੇ ਉਹ ਵੀ ਸਾਰੇ ਪਸੰਦ ਕਰ ਰਹੇ ਹਾਂ ਅਤੇ ਅੱਜ ਵੀ ਨੂੰ ਲੱਭਣੀ ਜਿਹੜਾ ਹੈਗਾ ਸੌਂਗ ਉਹ ਵੀ ਅੱਜ ਰਿਲੀਜ਼ ਕੀਤਾ ਹੈ ਨਾ ਤਾਂ ਉਹ ਵੀ ਬਹੁਤ ਸੋਹਣਾ ਟਰੈਕ ਹੈਗਾ ਰਣਜੀਤ ਬਾਵਾ ਜੀ ਨੇ ਰਣਜੀਤ ਬਾਵਾ ਦਾ ਯੈਸ ਤੇ ਹੋਰ ਕਿੰਨੇ ਟਰੈਕਸ ਹੈਗੇ ਨੇ ਇਸ ਫਿਲਮ ਦੇ ਵਿੱਚ ਸ਼੍ਰੀ ਕਾਰ ਜੀ ਅੱਛਾ ਜੀ ਮੇਰੇ ਵੱਲ ਸੀ ਮੈਂ ਤਾਂ ਗੱਲ ਬਾਤ ਟੋਟਲ 6 ਟਰੈਕ ਨੇ ਓਕੇ ਦੋ ਬਾਵੇ ਨੇ ਸ਼ਬ ਗੁਰਸ਼ਬਦ ਆ ਵੀਰ ਆ ਅਮਰਿੰਦਰ ਤੇ ਬਸ ਹੌਲੀ ਹੌਲੀ ਆ ਰਹੇ ਦੋ ਦਿਨ ਰਹਿ ਗਏ ਨਾਲ ਮੂਵੀ ਹੁਣ ਲੈ ਕੇ ਆ ਜਾਣੀ ਆਪਾਂ ਨਾਲ ਲੈ ਕੇ ਆ ਜਾਣੀ ਹਾਂ ਦੇਖ ਬਰਾਤਾਂ ਚੱਲੀਆਂ 28 ਜੁਲਾਈ ਨੂੰ ਜਿਹੜੀ ਮੂਵੀ ਹੈਗੀ ਆ ਉਹ ਆ ਰਹੀ ਹੈਗੀ ਹੈ ਤੇ ਤਿੰਨ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਤਿੰਨ ਤਿੰਨ ਚਲੋ ਦੋ ਕਰ ਦਿਓ ਮੂਵੀ ਦੀ ਖਾਸ ਜਿਹੜੀਆਂ ਹੈਗੀਆਂ ਤੁਹਾਨੂੰ ਉਹ ਲੱਗਦੀਆਂ ਹੈਗੀਆਂ ਉਹ ਆਪਣੇ ਵਿਊਜ਼ ਨੂੰ ਦੱਸੋ ਇੱਕ ਤਾਂ ਮੈਂ ਇਹੀ ਕਹੂੰਗੀ ਕਿ ਮਿਊਜ਼ਿਕ ਇਸ ਫਿਲਮ ਕਾ ਬਹੁਤ ਅੱਛਾ ਹੈ ਵੈਸੇ ਵੀ ਪੰਜਾਬੀ ਮਿਊਜ਼ਿਕ ਬਹੁਤ ਕਮਾਲ ਕਾ ਹੋਤਾ ਹੈ ਔਰ ਪੰਜਾਬੀ ਸੂਫੀ ਮਿਊਜ਼ਿਕ ਮੁਝੇ ਬਹੁਤ ਜ਼ਿਆਦਾ ਪਸੰਦ ਹੈ ਔਰ ਇਸ ਫਿਲਮ ਮੇਂ ਵੀ ਕੁਛ ਜੋ ਇੱਕ ਅਮਰਿੰਦਰ ਨੇ ਜੋ ਗਾਣਾ ਸੁੱਖ ਗਾਇਆ ਹੈ ਵੋ ਇਤਨਾ ਮੈਲੋਡਿਕ ਔਰ ਯੂ ਨੋ ਸੂਫੀ ਅੰਦਾਜ਼ ਕਾ ਮੁਝੇ ਲਗਾ ਲਾਰੀ ਅਗੇਨ ਯੂ ਨੋ ਆਲ ਸੌਂਗ ਸਭ ਗਾਣੇ ਡਿਫਰੈਂਟ ਹੈ ਕੁਛ ਨੋਟੀ ਹੈ ਜੋ ਟਾਈਟਲ ਟਰੈਕ ਹੈ ਵੋ ਨੋਟੀ ਹੈ ਬੜਾ ਤੋ ਮਿਊਜ਼ਿਕ ਇਜ਼ ਗ੍ਰੇਟ ਮੈਂ ਇਨਕੋ ਬਹੁਤ ਟਾਈਮ ਸੇ ਕਹਿ ਰਹੀ ਹੂੰ ਮੁਝੇ ਗਾਣੇ ਦੇ ਦੋ ਮੁਝੇ ਗਾਣੇ ਭੇਜ ਦੋ ਮੇਰੇ ਪਾਸ ਅਭੀ ਤੱਕ ਇੱਕ ਵੀ ਗਾਣਾ ਨਹੀਂ ਆਇਆ ਆਈ ਥਿੰਕ ਵੋ ਇੱਕ ਚੀਜ਼ ਮੁਝੇ ਬੜੀ ਅੱਛੀ ਲੱਗੀ ਉਹ ਤਾਂ ਨਹੀਂ ਆਇਆ ਕਹਿੰਦੇ ਕਿ ਆਈਟਿਊਨਸ ਤੁਸੀਂ ਡਾਊਨਲੋਡ ਕਰ ਲਓ ਇਹਨਾਂ ਨੇ ਗਾਣਾ ਗਾਣਾ ਸ਼ੁਰੂ ਕਰ ਦੇਣਾ ਪਾਇਰੇਸੀ ਤੋਂ ਡਰਦੇ ਜਿਹੜੇ ਜਿਹੜਾ ਗਾਣਾ ਇਹ ਰਿਲੀਜ਼ ਕਰ ਰਹੇ ਆ ਉਹ ਇਹਨਾਂ ਨੂੰ ਦੇ ਰਹੇ ਨੇ ਚਲੋ ਉਹ ਹੀ ਗਾਓ ਅਸੀਂ ਪਾਇਰੇਸੀ ਤੋਂ ਡਰਦੇ ਸੀਗੇ ਅਸੀਂ ਇੱਕ ਰਿਲੀਜ਼ ਕੀਤਾ ਉਹ ਪੂਰਾ ਹੁੰਦਾ ਇਹਨਾਂ ਨੂੰ ਕੀ ਬਾਤ ਹੈ ਔਰ ਦੂਸਰੀ ਜੋ ਖਾਸ ਬਾਤ ਇਸ ਫਿਲਮ ਕੀ ਹੈ ਉਹ ਇਹ ਹੈ ਕਿ ਆਲਦੋ ਇਹ ਬਾਰਡਰ ਦੋਨੋਂ ਹਰਿਆਣਾ ਔਰ ਪੰਜਾਬ ਬਾਰਡਰ ਪੇ ਸਥਿਤ ਇਹ ਕਹਾਣੀ ਹੈ ਗਾਓ ਕੀ ਕਹਾਣੀ ਹੈ ਲੇਕਿਨ ਇਹ ਫਿਲਮ ਇਤਨੀ ਪ੍ਰੋਗਰੈਸਿਵ ਹੈ ਕਿ ਮੋਸਟ ਹਿੰਦੀ ਫਿਲਮਸ ਇਤਨੀ ਪ੍ਰੋਗਰੈਸਿਵ ਨਹੀਂ ਹੁੰਦੀ ਇਹ ਆਪ ਫਿਲਮ ਦੇਖੋਗੇ ਤਾਂ ਆਪਕੋ ਪਤਾ ਚਲੇਗਾ ਮੈਨੂੰ ਭਾਜੀ ਸਭ ਤੋਂ ਵੱਡੀ ਗੱਲ ਹੈ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਬਿਲਕੁਲ ਡਿਫਰੈਂਟ ਇਹ ਜਿਹੜਾ ਕੰਸੈਪਟ ਕੰਟੈਂਟ ਹੈਗਾ ਜੀ ਪੰਜਾਬ ਅਤੇ ਹਰਿਆਣੇ 'ਤੇ ਅੱਜ ਤੱਕ ਕੋਈ ਮੂਵੀ ਨਹੀਂ ਬਣੀ ਸੀਗੀ ਤਾਂ ਉਹ ਮੂਵੀ ਹੈਗੀ ਹੈ ਜੀ ਆਪਸ ਦਾ ਭਾਈਚਾਰਾ ਕਲਚਰ ਦੋਨੇ ਸੂਬਿਆਂ ਦਾ ਦੇਖਣ ਨੂੰ ਮਿਲੂਗਾ
ਔਰ ਗ੍ਰੇਂਜਰ ਬਹੁਤ ਵੱਡਾ ਮੂਵੀ ਦਾ ਹੈ ਨਾ, ਤੁਸੀਂ ਜਸਟ ਲਾਈਕ ਤੁਸੀਂ ਐਂ ਫੀਲ ਕਰੋਗੇ ਹਿੰਦੀ ਮੂਵੀ ਬਣਾਤੀ ਹੋਈ ਹੈ ਸਾਡੇ ਡਾਇਰੈਕਟਰ ਸਾਹਿਬ ਨੇ, ਅਤੇ ਓਬਵੀਅਸਲੀ ਪ੍ਰੋਡਿਊਸਰ ਦਾ ਇਹਦੇ 'ਚ ਹੱਥ ਹੁੰਦਾ ਹੈ ਨਾ, ਵੀ ਤੁਸੀਂ ਜਦੋਂ ਖੁੱਲ੍ਹ ਦਿੰਦੇ ਹੋ ਵੀ ਹਾਂ ਜਿਵੇਂ ਤੁਸੀਂ ਬਣਾਉਣਾ ਚਾਹੁੰਦੇ ਹੋ ਜਿਹੜੀ ਚੀਜ਼ ਸੋਚੀ ਆ ਉਹ ਬਣਾਈ ਹੈ ਜੀ, ਤਾਂ ਫੁੱਲ ਇੰਟਰਟੇਨਮੈਂਟ ਹੈਗੀ ਹੈ ਜੀ। ਅਤੇ ਸਭ ਤੋਂ ਵੱਡੀ ਗੱਲ, ਅਸੀਂ ਸਾਰੇ ਜਾਣੇ ਜਿੰਨੇ ਵੀ ਜਾਣੇ ਵੀ ਇਸ ਮੂਵੀ ਨਾਲ, ਹਰੇਕ ਮੂਵੀ ਨਾਲ ਜਿੰਨਾ ਬੈਠਦੇ ਹਾਂ ਜੁੜ ਕੇ, ਜਿਹੜੀ ਮੂਵੀ 'ਚ ਵੀ ਅਸੀਂ ਹੁੰਦੇ ਹਾਂ, ਤਾਂ ਉਹ ਗੱਲ ਦਾ ਖਾਸ ਖਿਆਲ ਰੱਖੀਦਾ ਵੀ ਤੁਸੀਂ ਇਹ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਇੰਜੋਏ ਕਰ ਸਕਦੇ ਹੋ, ਧੀਆਂ ਭੈਣਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਦੇ ਨਾਲ ਬੈਠ ਕੇ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਤੁਸੀਂ ਸਿਨੇਮਾ ਘਰ ਦੇ ਵਿੱਚ ਇੰਜੋਏ ਕਰ ਸਕਦੇ ਹੋ, ਕੋਈ ਵੀ ਬੰਦਾ ਸ਼ਰਮਿੰਦਾ ਹੋ ਕੇ ਉੱਠ ਕੇ ਨਹੀਂ ਜਾਣਾ ਪਊਗਾ ਜੀ, ਇਸ ਗੱਲ ਦਾ ਖਾਸ ਖਿਆਲ ਰੱਖਦੇ ਹੁੰਦੇ ਹਾਂ। ਸੋ ਇੰਟਰਟੇਨਮੈਂਟ ਹੈ ਜੀ ਪੂਰਾ ਇਸ ਮੂਵੀ 'ਚ, ਫੁੱਲ ਔਨ ਕਮੇਡੀ ਹੈ, ਤਾਂ ਸਵਾ ਦੋ ਘੰਟੇ ਜਿਵੇਂ ਆਪਣੀ ਜ਼ਿੰਦਗੀ ਸਟ੍ਰੈਸਫੁੱਲ ਲਾਈਫ ਹੈ, ਸਟ੍ਰੈਸ ਬਸਟਰ ਮੂਵੀ ਹੈ ਜੀ, ਬਾਹਰ ਆਉਂਗੇ ਤਾਂ ਇੱਕ ਵਾਰੀ ਤੁਸੀਂ ਜਿਵੇਂ ਰੀਫਰੈਸ਼ ਨਹੀਂ ਬਸ ਜਾਂਦਾ ਆਪਣੇ ਕੰਪਿਊਟਰ ਦੇ ਜੀ, ਉਵੇਂ ਰੀਫਰੈਸ਼ ਹੋ ਕੇ ਬਾਹਰ ਆਉਂਦੇ ਦੇ ਨਾਲ ਨਾਲ ਕੋਈ ਮੈਸੇਜ ਵੀ ਹੈਗਾ ਭਾਈ? ਮੈਸੇਜ ਸਵੀਟ ਦਾ ਮੈਸੇਜ ਹੈ ਜੀ, ਹਾਂ ਤੁਸੀਂ ਮੈਸੇਜ ਹਰੇਕ ਮੂਵੀ 'ਚ ਹੁੰਦੇ, ਪਰ ਤੁਸੀਂ ਬਾਕੀ ਬੰਦੇ ਦਾ ਇਨਰ ਹੁੰਦਾ ਉਹਦੇ ਅੰਦਰ, ਉਹ ਮੈਸੇਜ ਲੈ ਕੇ ਆਉਣਾ ਚਾਹੁੰਦਾ ਕਿ ਨਹੀਂ ਆਉਂਦਾ। ਅੰਧ ਵਿਸ਼ਵਾਸ ਦੇ ਉੱਤੇ ਸਾਡਾ ਮੈਸੇਜ ਹੈਗਾ ਵੀ ਲੋਕਾਂ ਨੂੰ ਆਪਣੀ ਵਿਲ ਪਾਵਰ ਦੇ, ਆਪਣੇ ਇਨਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ, ਜਿਹੜੇ ਬਾਹਰ ਲੁੱਟ ਕਸੁੱਟ ਹੋ ਰਹੀ ਆ ਉਹ ਤੋਂ ਸੁਚੇਤ ਰਹੋ, ਆਉਣ ਵਾਲੀ ਜਨਰੇਸ਼ਨ ਵੀ ਉਹਤੋਂ ਸੁਚੇਤ ਰਹੇ, ਸੋ ਸਾਡਾ ਫਰਜ਼ ਬਣਦਾ ਸੀ, ਛੋਟਾ ਸਵੀਟ ਜਿਹਾ ਮੈਸੇਜ ਵੀ ਇਹਦੇ ਵਿੱਚ ਦਿੱਤਾ ਹੋਇਆ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਸਾਡੀ ਇਹ ਵੇਖ ਬਰਾਤਾਂ ਚੱਲੀਆਂ। ਮੈਨੂੰ ਮਿਊਜ਼ਿਕ ਇੱਕ ਤੇ ਬਹੁਤ ਵਧੀਆ ਲੱਗਾ ਦਾ। ਓਕੇ, ਮੈਂ ਕਿਹਾ ਕਿ ਤੇ ਭਾਈ ਕਹਿਣਗੇ ਮੈਨੂੰ ਐਦਾਂ ਲੱਗਦਾ ਇਹਨਾਂ ਨੇ ਬੋਲ ਦਿੱਤਾ। ਨਹੀਂ, ਸੇਮ ਗੱਲ ਹੀ ਆ ਵੈਸੇ, ਬੋਲ ਵੀ ਉਹਦੇ ਵਿੱਚ ਮੈਂ ਨਾ ਜਿਹੜਾ ਮਿਸ ਕਰ ਗਿਆ ਸੀ ਇਹਨਾਂ ਨੇ, ਕਿ ਗੁਰਮੋਹ ਨੇ ਮਿਊਜ਼ਿਕ ਸੀਗਾ ਗੁਰਮੋਹ ਦਾ, ਐਂਡ ਇੱਕ ਸੌਂਗ ਜਤਿੰਦਰ ਸ਼ਾਹ ਜੀ ਤਾਂ ਜਿਹੜਾ ਅਮਰਿੰਦਰ ਉਹਨਾਂ ਨੇ ਗਾਇਆ, ਉਹਨਾਂ ਨੂੰ ਰਿਕੁਐਸਟ ਕੀਤੀ, ਨੋਰਮਲੀ ਉਹ ਨਹੀਂ ਕਰਦੇ ਇੱਦਾਂ ਸਿੰਗਲ ਟਰੈਕ, ਪਰ ਸਾਡੀ ਰਿਕੁਐਸਟ 'ਤੇ ਮੰਨ ਗਏ ਉਹ, ਉਹਨਾਂ ਨੇ ਉਹ ਕੀਤਾ ਟਰੈਕ, ਮਿਊਜ਼ਿਕ ਬਹੁਤ ਵਧੀਆ। ਦ ਸੈਕਿੰਡ ਥਿੰਗ ਇਜ਼ ਕਿ ਉਹ ਜਿਹੜਾ ਹਰਿਆਣਾ ਅਤੇ ਪੰਜਾਬੀ ਵਾਲਾ ਜਿਹੜਾ ਉਹ ਹਰਿਆਣਵੀ ਅਤੇ ਪੰਜਾਬੀ ਵਾਲਾ ਜਿਹੜਾ ਉਹ ਵਿੱਚ ਹੈਗਾ ਇਹਦੇ ਟੱਚ ਆ, ਉਹ ਤੜਕਾ ਮਤਲਬ ਬਹੁਤ ਘੈਂਟ ਲੱਗਦਾ, ਬਹੁਤ ਘੈਂਟ। ਸਿੱਧੂ ਭਾਅ ਜੀ, ਭਾਅ ਜੀ ਮੈਨੂੰ ਤਾਂ ਸਾਰਾ ਕੁਛ ਹੀ ਵਧੀਆ ਲੱਗਦਾ, ਐਸ ਡਾਇਰੈਕਟਰ, ਮਿਊਜ਼ਿਕ, ਫਿਲਮ ਦੀ ਸਟੋਰੀ, ਮੇਰੇ ਐਕਟਰਸ ਦਾ ਕੰਮ ਹੈ ਨਾ, ਪੰਜਾਬੀ ਹਰਿਆਣਾ, ਚਲੋ ਇਹਨਾਂ ਨੇ ਦੱਸਿਆ ਹੀ ਹੈ, ਇੱਕ ਇੱਕ ਫਰੇਮ ਮੈਨੂੰ ਫਿਲਮ ਦਾ ਪਿਆਰਾ ਹੈ, ਬੜੀ ਮਿਹਨਤ ਨਾਲ ਫਿਲਮ ਬਣਾਈ ਹੈ, ਰਾਈਟਰ ਦਾ ਬਹੁਤ ਵੱਡਾ ਇਹਦੇ 'ਚ ਹੱਥ ਹੈ, ਨਰੇਸ਼ ਕਥੂਰੀਆ, ਉਹਨਾਂ ਨਾਲ ਮੈਂ ਪਹਿਲੇ ਵੀ ਫਿਲਮਾਂ ਕੀਤੀਆਂ ਨੇ, ਬਾਕੀ ਇਹਨਾਂ ਦੀ ਸਪੋਰਟ ਵਧੀਆ ਮਿਲ ਗਈ, ਜੋ ਚਾਹੀਦਾ ਸੀਗਾ, ਕੋਈ ਐਂ ਨਹੀਂ ਵੀ ਕੋਈ ਕੰਪਰੋਮਾਈਜ਼ ਕੀਤਾ ਹੈ ਨਾ, ਜੇ ਜਿੰਮੀ ਜੀ ਚਾਹੀਦਾ 30 ਦਿਨ ਹੀ ਦੇ ਦਿੱਤੀ ਮੈਨੂੰ ਚਲਦਾ, ਪਰ ਦਿਖਾ ਵਧੀਆ ਲੱਗੇ। ਅਮਰਿੰਦਰ ਗਿੱਲ ਅਤੇ ਕਾਰਜ ਭਾਅ ਜੀ ਇੱਕ ਦਿਨ ਅਸੀਂ ਬੰਬੇ ਡਿਸਾਈਡ ਕਰ ਰਹੇ ਸੀਗੇ, ਤਾਂ ਮੈਨੂੰ ਇਹਨਾਂ ਦਾ ਆਹੀ ਸੀਗਾ ਕਿ ਲੱਗਣਾ ਚਾਹੀਦਾ, ਜੇ ਆਪਾਂ ਪੰਜਾਬ ਹਰਿਆਣਾ ਤਾਂ ਇੱਕ ਬਾਲੀਵੁੱਡ ਦੀ ਫਿਲਮ ਲੱਗਣੀ ਚਾਹੀਦੀ ਹੈ, ਉਹ ਟਰਾਈ ਕੀਤੀ ਮੈਂ, ਬਾਕੀ ਹੁਣ 28 ਨੂੰ ਤੇ ਬਿਲਕੁਲ ਉਹ ਦੇਖਣ ਨੂੰ ਵੀ ਆ ਰਹੀ ਹੈਗੀ ਜਿਹੜੀ ਫਿਲਮ ਹੈਗੀ, ਉਹ ਟ੍ਰੇਲਰ ਦੇ ਵਿੱਚ ਲੱਗ ਵੀ ਰਿਹਾ ਕਿ ਉਹ ਬਾਲੀਵੁੱਡ ਟਾਈਪ ਦੀ ਫੀਲ ਹੈਗੀ ਹੈ, ਅਤੇ ਆਈ ਵਿਸ਼ ਯੂ ਵੈਰੀ ਗੁੱਡ ਲੱਕ ਭਾਅ ਜੀ, ਆਰਾਮ ਕਰੇ ਮੂਵੀ ਜਿਹੜੀ ਹੈਗੀ ਹੈ, ਜਿਹੜੀ ਬਰਾਤ ਜਿਵੇਂ ਆਉਂਦੀ ਹੈਗੀ ਹੈ ਉਵੇਂ ਬਰਾਤਾਂ ਭਰ ਕੇ ਹੀ ਲੋਕ ਆਉਣ ਸਿਨੇਮਾ ਘਰਾਂ ਦੇ ਵਿੱਚ, ਅਤੇ ਅੱਗੇ ਉਹਨੂੰ ਮਤਲਬ ਫੁੱਲ ਔਨ ਇੰਜੋਏ ਕਰਕੇ ਜਾਣ, ਅਤੇ ਥੈਂਕ ਯੂ ਸੋ ਮਚ ਕਵਿਤਾ ਤੁਹਾਡਾ ਵੀ, ਅਤੇ ਆਈ ਵਿਸ਼ ਯੂ ਗੁੱਡ ਲੱਕ ਇਨ ਪੰਜਾਬੀ ਸਿਨੇਮਾ, ਤੁਸੀਂ ਇੱਦਾਂ ਹੀ ਸੋਹਣੀ ਸੋਹਣੀ ਮੂਵੀਜ਼ ਜਿਹੜੀਆਂ ਹੈਗੀਆਂ ਉਹ ਪੰਜਾਬੀ ਸਿਨੇਮਾ ਵਿੱਚ ਦਿੰਦੇ ਰਹੋ, ਅਤੇ ਹੁਣ ਆਪ ਆਪਣੇ ਵਿਊਅਰਸ ਤੋਂ ਲੈਂਦੇ ਹਾਂ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।